ਹਰ ਵਾਲਿਓ ਗੁਰਸਿੱਖੋ ਗੁਰਮੁਖੋ ਗੁਰ ਭਗਤੋ ਆਓ ਗੁਰੂ ਦਰ ਦੇ ਉੱਤੇ ਹਾਜ਼ਰੀਆਂ ਲਵਾਈਏ ਜੀ। ਸਵੇਰ ਤੋਂ ਹੀ ਲੱਗਦੀਆਂ ਪਈਆਂ ਨੇ, ਅੱਜ ਤੋਂ 4 ਦਿਨ ਪਹਿਲਾਂ ਤੋਂ ਲੱਗਦੀਆਂ ਪਈਆਂ ਨੇ। ਇੱਕ ਵਾਰ ਫਿਰ ਸਾਵਧਾਨ ਇਕਾਗਰ ਚੀਤ ਕਰਕੇ ਗੁਰੂ ਸਾਹਿਬ ਜੀ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਪਾਈਏ ਜੀ। ਗੱਜ ਕੇ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਥੋੜ੍ਹਾ ਦੱਸੋ ਆਸਟ੍ਰੇਲੀਆ ਵਾਲਿਓ, ਇੱਥੇ ਮੌਸਮ ਕਿਹੜਾ ਹੈ? ਗਰਮੀ ਵਾਲਾ? ਕਿਹੜਾ ਮੌਸਮ ਸ਼ੁਰੂ ਹੋਇਆ ਹੈ ਨਵੰਬਰ ਤੋਂ? ਕਿਹੜਾ ਹੋਇਆ ਹੈ? 90% ਤੁਸੀਂ ਸਾਰਿਆਂ ਨੇ ਜੈਕਟਾਂ ਪਾਈਆਂ ਨੇ, ਅੱਜ ਮੈਂ ਨਹੀਂ ਪਾਈ। 90% ਅਸੀਂ ਸਾਰਿਆਂ ਨੇ ਸਰਦੀਆਂ ਵਾਲੇ ਕੱਪੜੇ ਪਾਏ ਨੇ। ਮੌਸਮ ਗਰਮੀ ਵਾਲਾ ਹੈ, ਇੱਥੇ ਗਰਮੀ ਹੈ ਅਤੇ ਪੰਜਾਬ ਦੇ ਵਿੱਚ ਪੋਹ ਦਾ ਮਹੀਨਾ ਹੈ। ਜੇ ਗਰਮੀ ਹੁੰਦੀ ਤਾਂ ਉਹ ਜਿਹੜੀਆਂ ਰਾਤਾਂ ਹਨੇਰੀਆਂ ਦੇ ਵਿੱਚ ਠੰਡੀਆਂ ਹਵਾਵਾਂ ਤਨ ਨੂੰ ਚੀਰਦੀਆਂ ਸਨ। ਜਦੋਂ ਅਸੀਂ ਰਾਤੀ ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ, ਅਸੀਂ ਸਾਰੇ ਹੀ ਦਸਮ ਪਿਤਾ ਨੂੰ ਯਾਦ ਕਰਕੇ ਜੈਕਾਰੇ ਲੱਗੇ ਉਹਨਾਂ ਦੀ, ਅਸੀਂ ਉਹਨਾਂ ਨੂੰ ਯਾਦ ਕੀਤਾ, ਆਵਾਜ਼ਾਂ ਮਾਰੀਆਂ ਮਿਲਣ ਦੇ ਲਈ, ਦਰਵਾਜ਼ੇ ਖੋਲ੍ਹੇ। ਅਤੇ ਜਦੋਂ ਸੰਗਤ ਜੀ ਅਸੀਂ ਬਾਹਰ ਨਿਕਲੇ ਨਾ, ਅਤੇ ਜਿਹੜੀ ਉਹ ਹਵਾ ਵੱਜੀ ਅੱਗੋਂ, ਉਹ ਤਨ ਨੂੰ ਚੀਰ ਕੇ, ਹੱਡੀਆਂ ਵੀ ਚੀਰ ਕੇ ਸਿੱਧੀ ਮਨ 'ਤੇ ਜਾ ਕੇ ਲੱਗੀ। ਜਦੋਂ ਹਵਾ ਚੱਲੇਗੀ ਠੰਡੀ ਤਨ ਨੂੰ ਝੰਬਦੀ, ਅਹਿਸਾਸ ਕਰੋ ਉਹ ਮੇਰੀ ਮਾਂ ਹੈ ਕੰਬਦੀ। ਜਦੋਂ ਅਸੀਂ ਇੱਥੇ ਆਉਣਾ ਸੀ, ਸਾਡੇ ਸਵਾਲ ਹੋਣਗੇ, ਉੱਥੇ ਏ ਸੀ ਲੱਗੇ ਨੇ, ਉੱਥੇ ਕੂਲਰ ਹੋਣਗੇ, ਉੱਥੇ ਪੱਖੇ ਹੋਣਗੇ, ਚੰਗੇ ਬਿਸਤਰੇ ਹੋਣਗੇ, ਕਿਉਂਕਿ ਗਰਮੀ ਦਾ ਮੌਸਮ ਹੈ, ਮੱਛਰ ਹੋਏਗਾ। ਮੇਰਾ ਖਿਆਲ ਹੈ ਕਿ ਉੱਦਣ ਦਾ ਮੈਂ ਤਾਂ ਇੱਕ ਮੱਛਰ ਵੀ ਨਹੀਂ ਵੇਖਿਆ, ਅਤੇ ਕਿਸੇ ਦੇ ਕਮਰੇ ਵਿੱਚ ਪੱਖਾ ਵੀ ਨਹੀਂ ਚੱਲਿਆ, ਅਤੇ ਏ ਸੀ ਸਤਿਗੁਰਾਂ ਨੇ ਆਪ ਲਗਵਾਏ ਨੇ। ਕਿਉਂਕਿ ਮੈਂ ਪਹਿਲੇ ਦਿਨ ਤੋਂ ਇਹ ਗੱਲ ਕਹੀ ਹੈ ਕਿ ਅਸੀਂ ਅਨੰਦਪੁਰ ਦੇ ਵਿੱਚ ਬੈਠੇ ਹਾਂ, ਅਤੇ ਜਦੋਂ ਅਨੰਦਪੁਰ ਦੇ ਵਿੱਚ ਬੈਠੇ, ਅਸੀਂ ਪੋਹ ਦੇ ਮਹੀਨੇ ਵਿੱਚ ਬੈਠੇ ਹਾਂ, ਉਸ ਕਲਗੀਧਰ ਨੇ ਸਾਨੂੰ ਆਪ ਪੋਹ ਦੀ ਠੰਡ ਦਿਖਾਈ ਹੈ। ਸਾਡੇ ਹੱਡ ਭੰਨੇ ਨੇ ਕਿ ਸਿੱਖਾ ਯਾਦ ਕਰ, ਤੂੰ ਜਿੱਥੇ ਮਰਜ਼ੀ ਚਲ ਜਾ, ਮੈਂ ਤੈਨੂੰ ਪੋਹ ਯਾਦ ਕਰਾਉਣਾ ਹੈ। ਅਤੇ ਗੁਰੂ ਪ੍ਰੀਤਮ ਨੇ ਸਾਨੂੰ ਪੋਹ ਯਾਦ ਕਰਾਇਆ, ਨਹੀਂ ਤਾਂ ਭੱਖਦੀ ਗਰਮੀ ਦੇ ਵਿੱਚ ਕਿਹਦੀ ਹਿੰਮਤ ਹੈ ਜੈਕਟਾਂ ਪਾ ਲਵੇ। ਅੱਜ ਉਹਨੇ ਜੈਕਟਾਂ ਪਵਾ ਦਿੱਤੀਆਂ ਨੇ। 2 ਦਿਨ ਨੇ ਬਸ ਰਹਿ ਗਏ, 21 ਤੋਂ 27 ਦੇ 2 ਦਿਨ ਰਹਿ ਗਏ ਨੇ, ਅਤੇ ਉਹਨੇ ਆਪਣਾ ਆਪ ਦਿਖਾਇਆ। ਜਿਵੇਂ ਭਾਈ ਸਾਹਿਬ ਨੇ ਕਿਹਾ ਸੀ ਨਾ ਕਿ ਦਰਸ਼ਨ ਹੋਣੇ ਨੇ, ਰੁੱਖਾਂ ਵੱਲ ਵੇਖੋ, ਪ੍ਰਕਿਰਤੀ ਵੱਲ ਵੇਖੋ। ਜੋ ਅਸੀਂ ਲੰਘਦੇ ਹਾਂ, ਹਵਾ ਤੇਜ਼ ਹੁੰਦੀ ਹੈ, ਕਈ ਵਾਰ ਖੜੋ ਜਾਈਦਾ ਕਿ ਖੜ ਗਏ ਹਾਂ, ਤੂੰ ਝੰਬ, ਹੋਰ ਝੰਬ। ਸਾਨੂੰ ਅਹਿਸਾਸ ਹੋਵੇ ਜਦੋਂ ਹਸਨ ਅਤੇ ਹੁਸੈਨ ਸ਼ਹੀਦ ਹੋਏ ਸੀ ਕਰਬਲਾ ਦੇ ਮੈਦਾਨ ਦੇ ਵਿੱਚ, ਪਿਆਸੇ ਮਾਰਿਆ ਸੀ ਉਹਨਾਂ ਨੂੰ ਮੁਹੰਮਦ ਸਾਹਿਬ ਦੇ, ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਰੇ ਸਨ, ਅਤੇ ਉਸਦੀ ਯਾਦ ਵਿੱਚ ਮੁਸਲਮਾਨ ਤਾਜ਼ੀਏ ਕੱਢਦੇ ਨੇ, ਨੰਗੇ ਪਿੰਡੇ ਕਰਕੇ ਆਪਣੇ ਆਪ ਨੂੰ ਸੰਗਲਾਂ ਨਾਲ ਪਿੱਟਦੇ ਨੇ, ਆਪਣੇ ਤਨ ਦੇ ਵਿੱਚੋਂ ਖੂਨ ਕੱਢਦੇ ਨੇ। ਉਸ ਨੂੰ ਇਸ ਅਹਿਸਾਸ ਨੂੰ ਯਾਦ ਰੱਖਣ ਦੇ ਲਈ ਕਿ ਸਾਡੀਆਂ ਕੌਮਾਂ ਯਾਦ ਰੱਖਣ, ਉਹ ਠੰਡ ਸਾਨੂੰ ਚੀਰਦੀ ਹੈ ਕਿ ਅਸੀਂ ਉਹ 7 ਪੋਹ ਦੀਆਂ ਰਾਤਾਂ ਯਾਦ ਰੱਖੀਏ। ਇਹ ਵਰਤਾਰਾ ਉਸ ਕਲਗੀਧਰ ਨੇ ਵਰਤਾਇਆ, ਉਹ ਸਾਡੇ ਵਿੱਚ ਬਿਰਾਜਮਾਨ ਹੈ, ਬਸ ਵੇਖਣ ਦੀ ਲੋੜ ਹੈ, ਅਸੀਂ ਉਸ ਚੀਜ਼ ਨੂੰ ਯਾਦ ਰੱਖਣਾ। ਥੋੜ੍ਹਾ ਜਿਹਾ ਇਤਿਹਾਸ ਫਿਰ ਦੁਹਰਾਵਾਂਗੀ। ਪਰਿਵਾਰ ਵਿਛੋੜਾ ਪੈ ਗਿਆ ਸਰਸਾ ਦੇ ਕੰਢੇ 'ਤੇ, ਪਰਿਵਾਰ ਖੇਰੂੰ ਖੇਰੂੰ ਹੋ ਗਿਆ, ਮਾਤਾਵਾਂ ਕਿਸੇ ਪਾਸੇ, ਕਲਗੀਧਰ ਪਿਤਾ ਕਿਸੇ ਪਾਸੇ, 2 ਪੁੱਤਰ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਚੁੱਕੇ ਨੇ, ਮਾਤਾ ਗੁਜਰੀ ਜੀ ਦੇ ਨਾਲ ਛੋਟੇ ਸਾਹਿਬਜ਼ਾਦੇ ਨੇ ਕਲਗੀਧਰ ਪਾਤਸ਼ਾਹ ਮਾਛੀਵਾੜੇ ਦੇ ਜੰਗਲ ਵਿੱਚ ਗੁਲਾਬੇ ਅਤੇ ਪੰਜਾਬੇ ਦੇ ਬਾਗ ਵਿੱਚ ਟਿਕਦੇ ਨੇ। ਟਿੰਡ ਹੁੰਦੀ ਹੈ ਖੂਹ ਵਿੱਚ ਪਾਣੀ ਕੱਢਣ ਵਾਲੀ, ਜਾਂ ਉਹ ਮਿੱਟੀ ਦੀ ਬਣੀ ਹੁੰਦੀ ਹੈ ਜਾਂ ਲੋਹੇ ਦੀ, ਅਤੇ ਸਿਰ ਦੇ ਥੱਲੇ ਸਰਾਣਾ ਰੱਖਣ ਨੂੰ ਕੋਈ ਚੀਜ਼ ਨਹੀਂ ਮਿਲੀ, ਨਾ ਕੋਈ ਤਨ ਅਤੇ ਕੱਪੜੇ ਵੀ ਪਾਟੇ ਨੇ, ਉੱਤੇ ਲੈਣ ਨੂੰ ਕੁਝ ਨਹੀਂ, ਅਸੀਂ 2-2 ਰਜਾਈਆਂ ਲੈਂਦੇ ਹਾਂ, ਸਾਡੇ ਥੱਲੇ ਵੀ ਗਰਮ ਨੇ, ਸਾਡੇ ਸਰੀਰ 'ਤੇ ਵੀ ਗਰਮ ਕੱਪੜੇ ਨੇ, ਉੱਥੇ ਕੋਈ ਗਰਮ ਕੱਪੜਾ ਨਹੀਂ। ਕਲਗੀਧਰ ਪਿਤਾ ਰੋੜਾਂ ਦੇ ਉੱਤੇ, ਜਗਤ ਦਾ ਚੌਹਾਂ ਜਹਾਨਾਂ ਦਾ ਸ਼ਹਿਨਸ਼ਾਹ ਰੋੜਾਂ 'ਤੇ ਵਿਛਾਈ ਕਿਤੇ ਤੋਂ ਬਿਨਾਂ ਹੀ ਪੈ ਗਏ ਨੇ ਲੰਮੇ, ਅਤੇ ਉੱਥੋਂ ਗੁਲਾਬੇ 'ਤੇ ਘਰ ਗਏ। ਸੂਹ ਮਿਲ ਗਈ ਹੈ ਮੁਗਲਾਂ ਨੂੰ ਕਿ ਮਾਛੀਵਾੜੇ ਪਹੁੰਚੇ ਨੇ, ਖੋਜੀ ਖੋਜ ਕਰਦੇ ਮਾਛੀਵਾੜੇ ਨੂੰ ਘੇਰਾ ਪਾ ਕੇ ਬਹਿ ਗਏ ਨੇ। ਸਿੱਖਾਂ ਦੀ ਬੇਨਤੀ ਦੇ ਉੱਤੇ ਗੁਰੂ ਸਾਹਿਬ ਜੀ ਗੁਲਾਬੇ ਪੰਜਾਬੇ ਦਾ ਘਰ ਛੱਡ ਕੇ ਨਬੀ ਖਾਂ ਅਤੇ ਗਨੀ ਖਾਂ ਦੇ ਘਰ ਆ ਗਏ ਨੇ। ਮੁਸਲਮਾਨ ਵਪਾਰੀ ਸਨ,
ਛੇਵੇਂ ਪਾਤਸ਼ਾਹ ਜੀ ਤੋਂ ਉਹਨਾਂ ਦਾ ਪਰਿਵਾਰ ਜਿਹੜਾ ਹੈ ਗੁਰੂ ਘਰ ਨਾਲ ਜੁੜਿਆ ਹੋਇਆ ਸੀ ਅਤੇ ਘੋੜਿਆਂ ਦੇ ਵਪਾਰ ਲਈ ਗੁਰੂ ਸਾਹਿਬ ਜੀ ਦੇ ਨਾਲ ਉਹਨਾਂ ਦਾ ਮੇਲ ਜੋਲ ਬਣਿਆ ਰਹਿੰਦਾ ਸੀ। ਜਦੋਂ ਪਤਾ ਲੱਗਾ ਕਿ ਇੱਥੇ ਸੇਫਟੀ ਨਹੀਂ ਹੈ, ਮੁਗਲਾਂ ਦਾ ਘੇਰਾ ਬਹੁਤ ਸਖਤ ਹੋ ਗਿਆ, ਅਤੇ ਇੱਕ ਮਾਈ ਹੈ ਉਹਨੇ ਗੁਰੂ ਸਾਹਿਬ ਜੀ ਦੇ ਹੱਥੀਂ ਬੁਣ ਕੇ ਚਿੱਟੇ ਰੰਗ ਦਾ ਚੋਲਾ ਰੱਖਿਆ। ਉਹਨੂੰ ਮਾਈ ਨੂੰ ਕਿਹਾ ਕਿ ਇਹਨੂੰ ਨੀਲੇ ਰੰਗ ਦੇ ਵਿੱਚ ਰੰਗਣਾ, ਅਤੇ ਉਸ ਗੁਰੂ ਦੀ ਪਿਆਰੀ ਮਾਈ ਨੇ ਜਦੋਂ ਉਹ ਚੋਲਾ ਰੰਗਿਆ ਅਤੇ ਗੁਰੂ ਸਾਹਿਬ ਜੀ ਨੇ ਪਹਿਨਿਆ, ਇੱਕੋ ਸ਼ਿੱਦਤ ਸੀ ਕਿ ਗੁਰੂ ਸਾਹਿਬ ਜੀ ਆ ਕੇ ਪਹਿਨਣ, ਅਤੇ ਮਨ ਦੇ ਵਿੱਚ ਇੰਨਾ ਵੈਰਾਗ ਉੱਠਿਆ ਕਿ ਉਹ ਮਾਈ ਜਿਹੜੀ ਹੈ ਉੱਥੇ ਹੀ ਆਪਣੇ ਸਵਾਸ ਜਿਹੜੀ ਤਿਆਗ ਜਾਂਦੀ ਹੈ ਗੁਰੂ ਸਾਹਿਬ ਜੀ ਦੇ ਨਾਲ। ਇਹ ਜਿਹੜੀ ਮਾਈ ਵਾਲੀ ਸਾਖੀ ਹੈ ਕਾਫੀ ਲੰਬੀ ਹੈ, ਕਿਤੇ ਫਿਰ ਮੌਕਾ ਮਿਲਿਆ ਆਪਾਂ ਨੂੰ ਲੈ ਕੇ ਜਾਵਾਂਗੇ। ਮੈਂ ਸ਼ੋਰਟਕੱਟ ਜਾ ਰਹੀ ਹਾਂ ਕਿਉਂਕਿ ਵਿਸ਼ਾ ਆਪਣਾ ਕੁਝ ਹੋਰ ਹੈ। ਇੱਥੋਂ ਗੁਰੂ ਸਾਹਿਬ ਜੀ ਉੱਚ ਦੇ ਪੀਰ ਬਣ ਕੇ ਉੱਚ ਸਿੰਧ ਪਾਕਿਸਤਾਨ ਦੇ ਵਿੱਚ ਇੱਕ ਇਲਾਕਾ ਹੈ ਬਹਾਵਲਪੁਰ ਦੇ ਨੇੜੇ ਦਾ, ਉੱਥੋਂ ਉੱਚ ਦਾ ਇਲਾਕਾ ਹੈ, ਉੱਥੋਂ ਦੇ ਪੀਰ ਸਨ ਜੋ ਨੀਲਾ ਲਿਬਾਸ ਪਹਿਨਦੇ ਸਨ ਅਤੇ ਕੇਸ ਖੁੱਲ੍ਹੇ ਰੱਖਦੇ ਸਨ। ਗੁਰੂ ਸਾਹਿਬ ਜੀ ਨੂੰ ਪਾਲਕੀ 'ਚ ਬਿਠਾਇਆ ਗਿਆ, ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਅਤੇ ਨਾਲ ਭਾਈ ਹੋਰ ਜਿਹੜੇ ਹੋਰ ਸਿੱਖ ਨੇ ਚਾਰ, ਉਹਨਾਂ ਨੇ ਪਾਲਕੀ ਨੂੰ ਚੁੱਕਿਆ। ਇੱਕ ਜਿਹੜਾ ਸਿੱਖ ਹੈ ਉਹ ਗੁਰੂ ਸਾਹਿਬ ਜੀ ਨੂੰ ਚੌਰ ਕਰਦਾ, ਰਸਤੇ ਵਿੱਚ ਮੁਗਲ ਮਿਲੇ ਨੇ, ਗੱਲਾਂ ਬਾਤਾਂ ਹੋਈਆਂ ਨੇ, ਗੁਰੂ ਸਾਹਿਬ ਜੀ ਦੀ ਪਛਾਣ ਵੀ ਹੋਈ ਹੈ, ਪਰ ਪਛਾਣ ਕਰਨ ਵਾਲਾ ਗੁਰੂ ਦਾ ਮਰੀਦ ਸੀ ਉਹਨੇ ਲੰਘਾ ਦਿੱਤਾ। ਨਹੀਂ ਵੀਰ ਜੀ, ਮੇਰਾ ਟਾਈਮ ਅਜੇ ਇੱਕ ਘੰਟਾ 20 ਮਿੰਟ ਕਿ 20 ਮਿੰਟ, ਨਹੀਂ ਜੀ 20 ਮਿੰਟ ਨਹੀਂ, ਅੱਜ ਟਾਈਮ ਜ਼ਿਆਦਾ ਚਾਹੀਦਾ, ਟੋਪਿਕ ਹੋਰ ਹੈ ਅੱਜ, ਅੱਜ 20 ਮਿੰਟਾਂ ਦੇ ਵੀ ਜਾਏ ਤਾਂ 20 ਮਿੰਟ ਐਕਸਟਰਾ ਦਿਓ, ਤੁਸੀਂ ਆਪ ਲੇਟ ਆਇਓ 30 ਮਿੰਟ, ਅਤੇ ਮੇਰਾ ਟਾਈਮ ਕਿਉਂ ਕੱਟਦੇ ਹੋ? ਨਹੀਂ ਇਹ ਅੱਜ ਨਹੀਂ, ਅੱਜ ਤਾਂ ਸਿਰ ਲੈ ਲਓ, ਪਰ ਅੱਜ ਆ ਗੱਲ ਨਹੀਂ ਮੰਨਣੀ। ਅਤੇ ਗੁਰੂ ਸਾਹਿਬ ਉੱਥੋਂ ਚੱਲ ਕੇ ਮਾਛੀਵਾੜੇ ਤੋਂ ਆਲਮਗੀਰ ਪਹੁੰਚੇ ਨੇ, ਦੂਜੇ ਪਾਸੇ ਮਾਤਾ ਗੁਜਰੀ ਜੀ ਨੂੰ ਗੰਗੂ ਨੇ ਕੈਦ ਕਰਵਾ ਦਿੱਤਾ ਹੈ ਠੰਡੇ ਬੁਰਜ ਦੇ ਵਿੱਚ। ਬਾਕੀ ਦੀ ਗੱਲ ਜਿਹੜੀ ਹੈ ਉਹ ਕੱਲ੍ਹ ਨੂੰ ਇਤਿਹਾਸ ਦੇ ਅੱਗੇ ਲੈ ਕੇ ਜਾਵਾਂਗੀ, ਕਿਉਂਕਿ ਰੈੱਡ ਲਾਈਟ ਹੋ ਗਈ ਹੈ, ਜਦੋਂ ਰੈੱਡ ਲਾਈਟ ਹੋ ਜਾਏ ਫਿਰ ਗੇਅਰ ਪਾਉਣੇ ਔਖੇ ਹੋ ਜਾਂਦੇ ਨੇ। ਇਹ ਬਲੈਕ ਬੋਰਡ 'ਤੇ ਮੈਂ ਕੁਝ ਗੱਲਾਂ ਲਿਖੀਆਂ ਨੇ ਕੱਲ੍ਹ ਨਾਲ ਸੰਬੰਧਿਤ ਨੇ। ਦਿਨ ਅਤੇ ਰਾਤ ਜੋ ਅਸੀਂ ਅੱਖਾਂ ਨਾਲ ਵੇਖਦੇ ਹਾਂ, ਚਾਨਣ ਵਿੱਚ ਵੇਖ ਸਕਦੇ ਹਾਂ, ਉਹ ਜ਼ਿੰਦਗੀ ਹੈ ਜਿਸ ਨੂੰ ਅਸੀਂ ਇਸ ਸੰਸਾਰ ਦੇ ਵਿੱਚ ਵੇਖ ਲੈਂਦੇ ਹਾਂ, ਉਹ ਦਿਨ ਹੈ, ਉਹ ਚਾਨਣ ਹੈ। ਅਸੀਂ ਸਾਨੂੰ ਕੋਈ ਲਾਈਟ ਜਗਾਉਣ ਦੀ ਲੋੜ ਨਹੀਂ, ਜੋ ਦ੍ਰਿਸ਼ਟਮਾਨ ਹੈ ਅਦ੍ਰਿਸ਼ਟ ਨਹੀਂ, ਉਹ ਦਿਨ ਹੈ, ਇਹ ਸਾਡੀ ਜ਼ਿੰਦਗੀ ਦਾ ਦਿਨ ਹੈ। ਅਤੇ ਜੋ ਰਾਤ ਹੈ ਉਹ ਕਾਲੀ ਹਨੇਰੀ ਹੈ, ਇਹ ਰਾਤ ਜਿਹੜੀ ਹੈ ਇਹ ਸਾਡੇ ਜੀਵਨ ਤੋਂ ਬਾਅਦ ਸ਼ੁਰੂ ਹੁੰਦੀ ਹੈ, ਉਹਦੇ ਵਿੱਚ ਸਾਨੂੰ ਰੋਸ਼ਨੀ ਨਹੀਂ ਦਿਸਣੀ, ਉਹਦੇ ਵਿੱਚ ਸਾਨੂੰ ਨਾਮ ਦੀ ਰੋਸ਼ਨੀ ਜਗਾਉਣੀ ਪੈਣੀ ਹੈ। ਅੰਤਰ ਆਤਮੇ ਦੀ ਜੇਕਰ ਅਸੀਂ ਰੋਸ਼ਨੀ ਜਗਾਈਏ ਤਾਂ ਉਹਨੇ ਸਾਡੇ ਕੰਮ ਆਉਣਾ, ਇੱਥੇ ਨਾਮ ਚੱਲਣਾ ਹੈ, ਇੱਥੇ ਮਨ ਆਤਮਾ ਦੀ ਰੋਸ਼ਨੀ ਚੱਲੀ ਹੈ। ਜੇਕਰ ਅਸੀਂ ਇਸ ਸੰਸਾਰ ਦੇ ਵਿੱਚ ਆਇਆ, ਇਸ ਮਨੁੱਖੀ ਜਾਮੇ ਦੇ ਵਿੱਚ ਆਇਆ ਹੋਇਆ, ਅਸੀਂ ਆਪਣੇ ਤਨ ਦੇ ਨਾਲ ਨਾਲ ਮਨ ਨੂੰ ਵੀ ਰੋਸ਼ਨ ਕੀਤਾ ਹੈ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ, ਜਹਿ ਪੈਂਡੇ ਮੈਂ ਅੰਦ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ। ਉਹ ਜਿਹੜਾ ਉਜਿਆਰਾ ਹਰੀ ਦਾ ਨਾਮ ਹੈ, ਸੰਸਾਰ ਦੇ ਜਾਣ ਤੋਂ ਬਾਅਦ ਸਾਡੇ ਨਾਲ ਚੱਲਣਾ। ਕੱਲ੍ਹ ਗੱਲ ਖਤਮ ਕੀਤੀ ਸੀ, ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੀ ਮਤ ਦੇ ਵਿੱਚ ਬਹੁਤ ਕੁਝ ਪਿਆ ਹੈ, ਸਾਡੇ ਮਨ ਦੇ ਵਿੱਚ ਗਹਿਰਾ ਸਮੁੰਦਰ ਹੈ, ਆਕਾਸ਼ ਹੈ, ਪਤਾਲ ਹੈ, ਸਗਲ ਜਹਾਨ ਹੈ। ਜਿੰਨਾ ਇਸ ਦੁਨੀਆ ਦੇ ਵਿੱਚ ਮੁਲਕ ਨੇ ਉਹ ਸਾਰੇ ਸਾਡੇ ਮਨ ਦੇ ਵਿੱਚ ਨੇ, ਅਸੀਂ ਉਹਨਾਂ ਦੀ ਮਨ ਦੇ ਰਾਹੀਂ ਉਹਨਾਂ ਦਾ ਭਰਮਣ ਕਰ ਸਕਦੇ ਹਾਂ। ਅਸੀਂ ਸਾਰੀ ਦੁਨੀਆ ਨੂੰ ਖੋਜਿਆ, ਪਰੰਤੂ ਅੱਖਾਂ ਬੰਦ ਕਰਕੇ ਕਦੀ ਆਪਣਾ ਆਪ ਨਹੀਂ ਖੋਜਿਆ। ਜਿਵੇਂ ਭਾਈ ਸਾਹਿਬ ਨੇ ਸਵੇਰੇ ਕਿਹਾ ਸੀ ਕਿ ਸੁਰਤ ਦੇ ਨਾਲ ਭਰਮਣ ਕਰਨਾ, ਅੱਜ ਅਸੀਂ ਸੁਰਤ ਦੇ ਨਾਲ ਭਰਮਣ ਕਰਕੇ ਗੁਰੂ ਦੇ ਦੁਆਰੇ 'ਤੇ ਪਹੁੰਚਣਾ। ਅਸੀਂ ਚੁੱਭੀ ਮਾਰੀ ਹੈ, ਚੁੱਭੀ ਮਾਰਨ ਤੋਂ ਪਹਿਲਾਂ ਚੁੱਭੀ ਮਾਰਨੀ ਹੈ, ਕਿਨਾਰੇ 'ਤੇ ਖੜ੍ਹੇ ਹਾਂ, ਅੱਗੇ ਭਵ ਸਾਗਰ ਹੈ, ਨਾ ਤੈਰਨਾ ਆਉਂਦਾ, ਨਾ ਬੇੜੀ ਚਲਾਉਣ ਦੀ ਜਾਚ ਹੈ, ਚੱਪੂ ਮਾਰਨੇ ਨਹੀਂ ਆਉਂਦੇ। ਕਿਵੇਂ ਇਸ ਕਿਨਾਰੇ ਤੋਂ ਅਗਲੇ ਕਿਨਾਰੇ ਤੱਕ ਪਹੁੰਚੀਏ, ਕਿਵੇਂ? ਗੁਰੂ ਸਾਹਿਬ ਜੀ ਸਾਨੂੰ ਇਹ ਗੱਲ ਸਮਝਾਉਂਦੇ ਨੇ ਕਿ ਹਮ ਡੋਲਤ ਬੇੜੀ ਪਾਪ ਭਰੀ ਹੈ, ਅੰਤਰ ਅਗਨ ਬਾਹਰ ਤਨ ਸੁਆ, ਗਲ ਪਾਥਰ ਕੈਸੇ ਤਰੇ ਅਥਾ। ਗਲ ਦੇ ਵਿੱਚ ਤਾਂ ਭਾਰੀ ਪੱਥਰ ਨੇ,
ਜੋ ਅਸੀਂ ਚੰਬੇੜ ਲਏ ਇਸ ਜੀਵਨ ਦੇ ਵਿੱਚ। ਗਲ ਦੇ ਵਿੱਚ ਭਾਰ ਹੈ ਅਤੇ ਮੈਂ ਚੁੱਭੀ ਕਿਵੇਂ ਮਾਰਾਂ। ਅਖੀਰ ਨੂੰ ਚੁੱਭੀ ਮਾਰ ਦਿੰਦਾ, ਵੇਖੀ ਜੋ ਜੋ ਹੋਏਗਾ। ਮਨ ਕਹਿੰਦਾ ਕੁਝ ਨਹੀਂ, ਜਦੋਂ ਚੱਲ ਪੈ ਤੂੰ ਕੁਝ ਨਹੀਂ ਹੋਣ ਲੱਗਾ। ਮਨ ਧੱਕਾ ਦੇ ਕੇ ਠੇਲ ਦਿੰਦਾ ਅਤੇ ਜਦੋਂ ਅੱਧ ਵਿਚਕਾਰ ਜਾਂਦਾ ਹੈ ਨਾ, ਫਿਰ ਕਾਲੀ ਰਾਤ ਪੈ ਜਾਂਦੀ ਹੈ। ਦਿਨ ਵਿੱਚ ਤਾਂ ਬਾਹਾਂ ਬੂਹਾਂ ਮਾਰ ਕੇ ਚਲ ਗਿਆ, ਫਿਰ ਅੱਧ ਵਿਚਕਾਰ ਡੁੱਬਦਾ ਹੈ, ਫਿਰ ਗੋਤੇ ਖਾਂਦਾ ਹੈ, ਫਿਰ ਮੂੰਹ ਪਾਣੀ ਨਾਲ ਭਰਦਾ ਹੈ, ਫਿਰ ਬੜਾ ਕੁਝ ਹੁੰਦਾ ਹੈ। ਹੁਣ ਲੱਗਦਾ ਮੈਂ ਮਰ ਗਿਆ, ਮੇਰੇ ਸਵਾਸ ਖਤਮ ਹੋ ਗਏ, ਮੇਰੀ ਜਾਨ ਨਿਕਲਦੀ ਪਈ ਹੈ। ਕਦੀ ਮਾਂ ਨੂੰ ਆਵਾਜ਼ ਮਾਰਦਾ, ਮਾਂ ਮੈਨੂੰ ਬਚਾ, ਪਿਤਾ ਮੈਨੂੰ ਬਚਾ, ਭੈਣ ਭਰਾ, ਰਿਸ਼ਤੇਦਾਰ, ਦੋਸਤ ਮਿੱਤਰ, ਸਾਰਿਆਂ ਨੂੰ ਹਾਕਾ ਮਾਰਦਾ ਕਿ ਕੋਈ ਆ ਕੇ ਮੈਨੂੰ ਬਚਾਓ, ਪਰੰਤੂ ਕੋਈ ਨਹੀਂ ਆਉਂਦਾ। ਗੁਰਬਾਣੀ ਦਾ ਸ਼ਬਦ ਹੈ, ਜਾ ਕੋ ਮੁਸ਼ਕਲ ਅੱਤ ਬਣੇ, ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾਂ, ਸਾਕ ਵੀ ਭੱਜ ਖਲੇ, ਸਭੇ ਭੱਜੇ ਆਸਰਾ, ਚੁੱਕੇ ਸਭ ਅਸਰਾਓ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਓ। ਫਿਰ ਤੱਤੀ ਵਾਹ ਨਹੀਂ ਲੱਗਦੀ ਜਦੋਂ ਅਸੀਂ ਉਸ ਨੂੰ ਚੇਤੇ ਕਰਦੇ ਹਾਂ, ਮੈਂ ਕਿਹਨੂੰ ਆਵਾਜ਼ ਮਾਰਾਂ, ਸੰਸਾਰ ਦੇ ਸਾਰੇ ਰਿਸ਼ਤੇ ਦੂਰ ਹੋ ਗਏ। ਫਿਰ ਮਨ ਕਹਿੰਦਾ ਤੇਰਾ ਕੋਈ ਗੁਰੂ ਹੈ, ਤੂੰ ਕੋਈ ਗੁਰੂ ਬਣਾਇਆ? ਅਤੇ ਕਹਿੰਦਾ ਨਹੀਂ। ਹਾਂ, ਮੇਰੇ ਦਾਦੇ ਦਾ ਗੁਰੂ ਸੀ, ਮੇਰੇ ਬਾਪ ਦਾ ਗੁਰੂ ਸੀ, ਮੇਰਾ ਦਾਦੇ ਦਾ ਜਿਹੜਾ ਹੈ ਉਹ ਗੁਰੂ ਸੀ। ਮੈਂ ਤਾਂ ਨਿਗੁਰਾ ਹਾਂ, ਸਤਿਗੁਰ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਇੱਕ ਸਤਿਗੁਰੂ ਹੈ ਅਤੇ ਮੇਰੇ ਪਿਓ ਦਾ ਗੁਰੂ ਕੌਣ ਸੀ? ਬਾਬਾ ਨਾਨਕ ਸੀ। ਫਿਰ ਬਾਬੇ ਨਾਨਕ ਦੇ ਦਰ ਦੇ ਨਾਲ ਚਿੱਤ ਜੋੜਦਾ, ਮਨ ਜੋੜਦਾ ਕਿ ਮੈਂ ਉੱਧਰ ਨੂੰ ਮਨ ਜੋੜ ਕੇ ਫਿਰ ਗੁਰੂ ਨਾਨਕ ਸਾਹਿਬ ਨੂੰ ਹਾਕਾ ਮਾਰਦਾ, ਗੁਰੂ ਜੀ ਮੈਨੂੰ ਆ ਕੇ ਬਚਾਓ, ਗੁਰੂ ਜੀ ਮੈਂ ਡੁੱਬ ਚੱਲਿਆ, ਮੈਂ ਮਰ ਚੱਲਿਆ, ਤੁਸੀਂ ਮੇਰੇ ਪਿਓ ਦੇ ਗੁਰੂ ਹੋ, ਤੁਸੀਂ ਮੇਰੇ ਦਾਦੇ ਦੇ ਗੁਰੂ ਹੋ, ਅਤੇ ਅੱਜ ਤੋਂ ਮੇਰੇ ਵੀ ਗੁਰੂ, ਆ ਕੇ ਮੈਨੂੰ ਬਚਾਓ, ਮੇਰੀ ਬਾਂਹ ਪਕੜ ਕੇ ਮੈਨੂੰ ਡੁੱਬਦੇ ਨੂੰ ਭਾਵ ਸਾਗਰ ਤੋਂ ਬਾਹਰ ਕੱਢ ਲਓ, ਮੈਨੂੰ ਤਾਰ ਲਓ, ਮੈਨੂੰ ਬਾਹਰ ਕੱਢ ਲਓ, ਮੈਨੂੰ ਬਚਾ ਲਓ। ਅਤੇ ਫਿਰ ਮਨ ਵਿੱਚ ਆਉਂਦਾ ਕਿ ਗੁਰੂ ਨੂੰ ਭੇਟਾ ਕੀ ਦੇਵਾਂ, ਗੁਰੂ ਨੂੰ ਅਰਪਣ ਕੀ ਕਰਾਂ। ਜਦੋਂ ਗੁਰੂ ਨੇ ਮੇਰੀ ਬਾਂਹ ਫੜ ਲਈ ਹੈ ਤਾਂ ਮੈਂ ਹੁਣ ਗੁਰੂ ਸਾਹਿਬ ਜੀ ਦੇ ਸਨਮੁੱਖ ਹੋਣਾ ਹੈ, ਬਾਂਹ ਫੜ ਕੇ ਮੈਨੂੰ ਖਿੱਚ ਲਿਆ, ਮੈਂ ਭੇਟਾ ਕੀ ਦੇਵਾਂ। ਮਨ ਕਹਿੰਦਾ ਤਨ ਭੇਟ ਕਰ ਦੇ, ਤਨ ਤੇਰਾ, ਕੱਪੜੇ ਦਾ ਸੁੰਦਰ ਥਾਨ, ਰੇਸ਼ਮ ਦਾ ਪੱਟ ਜਿਹੜਾ ਮਖਮਲੀ ਬਣਿਆ ਉਹ ਭੇਟ ਕਰਦੇ, ਉਹਦੇ ਥਾਨ ਭੇਟ ਕਰਦੇ ਜਿਹੜਾ ਤੂੰ ਬੁਣ ਕੇ ਰੱਖਿਆ ਹੈ, ਆਪਣੇ ਲਈ ਰੱਖਿਆ ਗੁਰੂ ਨੂੰ ਉਹ ਭੇਟ ਕਰਦੇ, ਰੇਸ਼ਮੀ ਲਿਬਾਸ ਭੇਟ ਕਰਦੇ, ਸੋਨਾ ਚਾਂਦੀ ਹੀਰੇ ਜਵਾਹਰਾਤ ਭੇਟ ਕਰਦੇ। ਪਰ ਫਿਰ ਮਨ ਕਹਿੰਦਾ ਹੈ ਇਹ ਸਭ ਕੁਝ ਤੇਰਾ ਹੈ, ਉਹ ਭੇਟ ਕਰ ਜੋ ਤੇਰਾ ਹੈ, ਅਤੇ ਮੇਰਾ ਤਾਂ ਇਕੱਲਾ ਮਨ ਹੈ। ਫਿਰ ਮਨ ਕਹਿੰਦਾ ਜੇ ਵਾਕਿਆ ਹੀ ਗੁਰੂ ਨੂੰ ਖੁਸ਼ ਕਰਨਾ, ਸਤਿਗੁਰ ਆ ਗਿਆ ਸੀਸ ਭੇਟ ਦੇਵੋ, ਸਤਿਗੁਰ ਆ ਗਿਆ ਕੀ ਭੇਟ ਕਰਨਾ, ਸੀਸ ਭੇਟ ਕਰਨਾ। ਗੁਰੂ ਪਿਆਰਿਓ, ਜਦੋਂ ਅਸੀਂ ਗੁਰੂ ਦੇ ਦਰ 'ਤੇ ਜਾਂਦੇ ਹਾਂ ਅਤੇ ਅਸੀਂ ਦਿੰਦਾ ਦੇ ਲੈਂਦੇ ਥੱਕ ਪਾਏ, ਉਹ ਦੇ ਰਿਹਾ ਅਸੀਂ ਲੈਂਦੇ ਲੈਂਦੇ ਥੱਕ ਜਾਂਦੇ ਹਾਂ, ਅਤੇ ਅਸੀਂ ਲੱਭਦੇ ਹਾਂ ਕਿ ਗੋਲਕ ਚਪਾਉਣ ਨੂੰ ਜਾਂ ਗੁਰਦੁਆਰੇ ਕਿਸੇ ਧਰਮ ਵਾਸਤੇ ਕੋਈ ਪੈਸਾ ਦੇਣ ਨੂੰ ਟੁੱਟਾ ਪੈਸਾ ਹੈ, ਖੁੱਲ੍ਹਾ ਪੈਸਾ ਹੈ ਕੋਈ? ਜੇ ਟੁੱਟਾ ਅਤੇ ਖੁੱਲ੍ਹਾ ਅਸੀਂ ਚੀਜ਼ ਲੱਭਦੇ ਹਾਂ, ਛੋਟੀ ਤੋਂ ਛੋਟੀ, ਪਰ ਉਹ ਛੋਟੀ ਤੋਂ ਛੋਟੀ ਨਹੀਂ ਦੇ ਰਿਹਾ, ਅਸੀਂ ਉਹਨੂੰ ਸੀਸ ਭੇਟ ਕੀਤਾ। ਜਦੋਂ ਸੀਸ ਭੇਟ ਕਰਦੇ ਅਸੀਂ ਗੁਰਦੁਆਰੇ ਜਾਂਦੇ ਹਾਂ, ਅਸੀਂ ਦੋਵੇਂ ਹੱਥ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਸਾਡੀ ਭਾਵਨਾ ਕੀ ਹੋਣੀ ਚਾਹੀਦੀ ਹੈ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਜਾ ਆਪ ਜਲਾਈ। ਮੇਰਾ ਤਨ ਵੀ ਤੇਰਾ, ਇਹਨਾਂ ਹੱਥਾਂ ਨਾਲ ਕਮਾਇਆ ਹੋਇਆ ਧਨ ਵੀ ਤੇਰਾ, ਮੇਰਾ ਮਨ ਵੀ ਤੇਰਾ, ਅਤੇ ਸੱਚੇ ਪਾਤਸ਼ਾਹ ਮੈਂ ਤੇਰਾ ਹੀ ਹਾਂ, ਮੇਰਾ ਮੁਜਮੇ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ, ਮੇਰਾ ਕੁਝ ਨਹੀਂ ਹੈ, ਸਭ ਕੁਝ ਤੇਰਾ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਨਮੁੱਖ ਆਪਣਾ ਮਸਤਕ ਥੱਲੇ ਲਾ ਕੇ ਸੀਸ ਭੇਟ ਕਰਦੇ ਹਾਂ, ਉਹ ਅਸੀਂ ਇਕਰਾਰ ਕਰਦੇ ਹਾਂ ਆਪਣੇ ਗੁਰੂ ਦੇ ਨਾਲ ਕਿ ਸਤਿਗੁਰੂ ਜੀ ਮੈਂ ਤੇਰਾ ਹਾਂ, ਤੇਰੇ ਤੋਂ ਸਿਵਾਏ ਮੈਂ ਇਹ ਸੀਸ ਕਿਸੇ ਦੇ ਅੱਗੇ ਝੁਕਾਉਂਦਾ ਨਹੀਂ, ਤੇਰੇ ਦਰ ਤੋਂ ਬਿਨਾਂ ਮੇਰੇ ਲਈ ਦੂਜਾ ਦਰ ਨਹੀਂ, ਮੈਂ ਅੱਜ ਤੋਂ ਤੈਨੂੰ ਆਪਣਾ ਸੀਸ ਭੇਟ ਕੀਤਾ। ਕੀ ਵਾਕਿਆ ਹੀ ਕੀਤਾ? ਫਿਰ ਗੁਰੂ ਨਾਨਕ ਸਾਹਿਬ ਜੀ ਦੀ ਸੰਗਤ ਮਿਲਦੀ ਹੈ, ਗੁਰੂ ਨਾਨਕ ਪਾਤਸ਼ਾਹ ਜੀ
ਦੇ ਰਾਹੀਂ ਉਹ ਜਾਣਦਾ ਹੈ ਕਿ ਮੈਂ ਕੌਣ ਹਾਂ। ਮਨ ਤੂੰ ਜੋਤ ਸਰੂਪ ਹੈ, ਚਤੁਰਾਈ ਸਿਆਣਪਾਂ ਕਿਤੇ ਕੰਮ ਨਾ ਆਈ ਹੈ। ਜਿਹੜੀਆਂ ਚਤੁਰਾਈਆਂ ਸਨ, ਸਿਆਣਪਾਂ ਸਨ, ਉਹ ਕਿਤੇ ਕੰਮ ਨਹੀਂ ਆਈਆਂ। ਸਿਰਫ ਗੁਰੂ ਕੀ ਮਤ ਤੂੰ ਲੈ ਆਣੇ, ਭਗਤ ਬਿਨਾਂ ਬਹੁ ਡੁੱਬੇ ਸਿਆਣੇ। ਜਦੋਂ ਆਪਣੀ ਮਤ ਤਿਆਗ ਕੇ ਮਨ ਮੁੱਖ, ਜਿਹਦਾ ਮੁੱਖ ਮਨ ਵੱਲ ਹੈ ਉਹ ਮਨਮੁੱਖ ਹੈ, ਜਦੋਂ ਮਨ ਵੱਲੋਂ ਮੁੱਖ ਮੋੜ ਕੇ, ਮਨ ਵੱਲੋਂ ਤੋੜ ਕੇ ਗੁਰੂ ਨਾਲ ਜੋੜਦੇ ਹਾਂ ਤਾਂ ਫਿਰ ਅਸੀਂ ਗੁਰਮੁਖ ਹੋ ਜਾਂਦੇ ਹਾਂ। ਜਦੋਂ ਮਨ ਦੇ ਪਿੱਛੇ ਚੱਲਦੇ ਹਾਂ ਤਾਂ ਮਨਮਤੀ ਹਾਂ, ਅਤੇ ਜਦੋਂ ਆਪਣੀ ਮਤ ਜਿੱਥੇ ਤਿਆਗਦੇ ਹਾਂ, ਜਿੱਥੇ ਤਨ ਦੀ ਨੋ ਹੈ ਯਾਰ, ਜਦੋਂ ਅਸੀਂ ਚਤੁਰਾਈ ਸਿਆਣਪਾਂ ਜਿੰਨੀਆਂ ਨੇ ਉਹ ਸਾਰੀਆਂ ਨੂੰ ਅਗਨੀ ਵਿੱਚ ਪਾ ਦਿੰਦੇ ਹਾਂ। ਲੋਕਾਂ ਕੀ ਚਤੁਰਾਈ ਉਪਮਾ ਅਤੇ ਬਸੰਤਰ ਯਾਰ, ਜੇ ਉਹ ਲੋਕਾਂ ਦੀਆਂ ਵਡਿਆਈਆਂ ਸਨ ਮੇਰੇ ਕੋਲ, ਮੈਂ ਉਹ ਵੀ ਸਾਰੀਆਂ ਛੱਡ ਦਿੱਤੀਆਂ। ਜਿਹੜੀਆਂ ਮੇਰੇ ਦਿਮਾਗ ਵਿੱਚ ਸਿਆਣਪਾਂ ਸਨ, ਮੈਂ ਉਹ ਵੀ ਅੱਗ ਵਿੱਚ ਜਲਾ ਦਿੱਤੀਆਂ। ਅਬ ਹਮ ਚੱਲੀ ਠਾਕੁਰ ਪੈ ਹਾਰ, ਹੁਣ ਮੈਂ ਹਾਰ ਕੇ ਗੁਰੂ ਦੀ ਸ਼ਰਨ ਵਿੱਚ ਆਇਆ ਹਾਂ। ਗੁਰੂ ਨਾਨਕ ਸਾਹਿਬ ਜੀ ਸੰਗਤ ਦੇ ਵਿੱਚ ਬਾਬਾ ਲਹਿਣਾ ਜੀ ਆਉਂਦੇ ਨੇ। ਸਾਖੀ ਅਸੀਂ ਸੁਣੀ ਹੈ, ਇੱਕ ਟੂਕ ਮਾਤਰ ਲੈਣਾ, ਮੈਂ ਵਿੱਚ ਲਿਖਿਆ ਹੈ, ਗੁਰਸੰਗਤ ਕਿੰਨੀ ਖਾਲਸਾ। ਭਾਈ ਗੁਰਦਾਸ ਜੀ ਦੀ 41ਵੀਂ ਵਾਰ ਦੇ ਵਿੱਚ ਭਾਈ ਗੁਰਦਾਸ ਸਿੰਘ ਜੀ ਦੀ ਵਾਰ ਹੈ, ਉਹਦੇ ਵਿੱਚ ਇਹ ਸ਼ਬਦ ਜਿਹੜੇ ਨੇ ਅੰਕਿਤ ਨੇ, ਗੁਰਸੰਗਤ ਕਿੰਨੀ ਖਾਲਸਾ। ਗੁਰੂ ਨਾਨਕ ਪਾਤਸ਼ਾਹ ਜੀ ਦੇ ਦਰਬਾਰ ਵਿੱਚ ਭਾਈ ਲਹਿਣਾ ਜੀ ਆਉਂਦੇ ਨੇ। ਜਿਹੜਾ ਘੋੜੀ 'ਤੇ ਚੜ੍ਹਿਆ ਹੈ ਬੰਦਾ, ਦੁਨੀਆ ਉਸਨੂੰ ਉੱਚਾ ਮੰਨਦੀ ਹੈ ਕਿ ਜਿਹੜਾ ਘੋੜੀ ਨੂੰ ਤੋੜ ਕੇ ਲੈ ਕੇ ਜਾ ਰਿਹਾ ਉਹਨੂੰ ਉੱਚਾ ਮੰਨਦੀ ਹੈ? ਹਾਂਜੀ, ਜਿਹੜਾ ਸਾਥ ਦੋ ਸੰਗਤ ਜੀ ਮੇਰਾ, ਜਿਹੜਾ ਘੋੜੀ 'ਤੇ ਚੜ੍ਹਿਆ ਹੈ ਕਿ ਜਿਹੜਾ ਥੱਲੇ ਹੈ? ਜਿਹੜਾ ਘੋੜੀ 'ਤੇ ਚੜ੍ਹਿਆ ਹੈ, ਇੱਥੋਂ ਇਹ ਸਫ਼ਰ ਸ਼ੁਰੂ ਹੁੰਦਾ ਹੈ, ਗੁਰਸੰਗਤ ਕਿੰਨੀ ਖਾਲਸਾ। ਜਦੋਂ ਭਾਈ ਲਹਿਣਾ ਜੀ ਘੋੜੀ 'ਤੇ ਚੜ੍ਹ ਕੇ ਆ ਗਏ ਨੇ, ਉੱਥੋਂ ਸੰਗਤ ਦਾ ਸਫ਼ਰ ਸ਼ੁਰੂ ਹੋ ਗਿਆ ਹੈ। ਗੁਰੂ ਜੀ ਨੇ ਮਹਾਨਤਾ ਸੰਗਤ ਨੂੰ ਦਿੱਤੀ ਹੈ। ਭਾਈ ਲਹਿਣਾ ਸੰਗਤ ਦੇ ਵਿੱਚ ਸਨ ਅਤੇ ਪਾਤਸ਼ਾਹੀਆਂ ਬਖਸ਼ੀਆਂ। ਬਾਬਾ ਅਮਰਦਾਸ ਜੀ ਸੰਗਤ ਦੇ ਵਿੱਚ ਸੇਵਾ ਕਰਦੇ ਸਨ, ਪਾਤਸ਼ਾਹੀਆਂ ਬਖਸ਼ੀਆਂ। ਭਾਈ ਜੇਠਾ ਜੀ, ਗੁਰੂ ਰਾਮਦਾਸ ਜੀ ਸੰਗਤ ਦੇ ਵਿੱਚ ਸੇਵਾ ਕਰਦੇ ਸਨ। ਇਵੇਂ ਹੀ ਗੁਰੂ ਕਾਲ ਦੇ ਵਿੱਚ ਸਫ਼ਰ ਕਰਦੇ ਕਰਦੇ ਜਿਹੜੀ ਸੰਗਤ ਹੈ ਉਹ ਦਸਮ ਪਾਤਸ਼ਾਹ ਜੀ ਦੇ ਜੀਵਨ ਤੱਕ ਪਹੁੰਚਦੀ ਹੈ। ਇੱਥੇ ਫਿਰ ਗੁਰਸੰਗਤ ਕਿੰਨੀ ਖਾਲਸਾ ਸੰਗਤ ਦੀ ਉਪਮਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬਾਣੀ ਲਿਖਾਈ ਹੈ ਉਹ ਕਿਹਦੇ ਕੋਲੋਂ ਲਿਖਾਈ ਹੈ? ਸਿੱਖ ਕੋਲੋਂ ਕਿ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲੋਂ? ਸਿੱਖ ਦੇ ਕੋਲੋਂ। ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਸਰੂਪ ਰਾਮਸਰ ਤੋਂ ਲੈ ਕੇ ਸ਼੍ਰੀ ਹਰਿਮੰਦਰ ਸਾਹਿਬ ਵਿੱਚ ਆਉਂਦੇ ਨੇ ਤਾਂ ਸੀਸ ਕਿਹਦੇ ਸਿਰ ਦੇ ਉੱਤੇ, ਜਿਹੜਾ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਹੈ, ਸਰੂਪ ਹੈ, ਉਹ ਕਿਹਦੇ ਸਿਰ 'ਤੇ ਟਿਕਾਇਆ ਹੈ? ਸਿੱਖ ਦੇ ਸਿਰ 'ਤੇ ਕਿ ਗੁਰੂ ਦੇ ਸਿਰ 'ਤੇ? ਸਿੱਖ ਦੇ ਸਿਰ 'ਤੇ ਕਿ ਗੁਰੂ ਦੇ ਸਿਰ 'ਤੇ? ਚੋਰ ਗੁਰੂ ਕਰਦਾ ਹੈ ਕਿ ਸਿੱਖ ਕਰਦਾ ਹੈ? ਚੋਰ ਗੁਰੂ ਕਰਦਾ ਹੈ। ਸਿੱਖ ਦੇ ਸਿਰ 'ਤੇ ਗੁਰੂ ਸਾਹਿਬ ਜੀ ਦਾ ਸਰੂਪ, ਬਾਬਾ ਬੁੱਢਾ ਜੀ ਦੇ ਸਿਰ 'ਤੇ ਬਿਰਾਜਮਾਨ ਹੈ ਅਤੇ ਪੰਚਮ ਪਾਤਸ਼ਾਹ ਜੀ ਪੈਦਲ ਨੰਗੇ ਪੈਰੀ ਰਾਮਸਰ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਲੈ ਕੇ ਆਉਂਦੇ ਨੇ। ਉੱਥੇ ਪ੍ਰਕਾਸ਼ ਕੌਣ ਕਰਦਾ? ਗੁਰੂ ਅਰਜਨ ਦੇਵ ਜੀ ਕਰਦੇ ਨੇ ਕਿ ਸਿੱਖ ਕਰਦਾ? ਹੁਕਮਨਾਮਾ ਗੁਰੂ ਅਰਜਨ ਦੇਵ ਜੀ ਲੈਂਦੇ ਨੇ ਕਿ ਸਿੱਖ ਲੈਂਦਾ? ਇਸ ਤੋਂ ਵੱਡਾ ਪ੍ਰਮਾਣ ਸਾਨੂੰ ਹੋਰ ਕੀ ਚਾਹੀਦਾ? ਘੋੜੀ 'ਤੇ ਬਿਠਾਇਆ, ਥੱਲੇ ਨਹੀਂ ਲਾਇਆ। ਤਖ਼ਤ 'ਤੇ ਬਿਠਾਇਆ, ਸਾਨੂੰ ਥੱਲੇ ਨਹੀਂ ਲਾਇਆ। ਅਤੇ ਅਸੀਂ ਆ ਮੈਂ ਲਿਖੇ ਰਹਾਮ ਰਾਖਤ ਪਾਤਸ਼ਾਹੀ ਦਾਵਾ। ਗੁਰੂ ਨਾਨਕ ਘੋੜੀ ਦੇ ਉੱਤੇ ਸਵਾਰ ਪਾਤਸ਼ਾਹ ਹੁੰਦੇ ਨੇ, ਪ੍ਰਜਾ ਨੂੰ ਉਸ ਸਮੇਂ ਘੋੜੀ 'ਤੇ ਬੈਠਣ ਦਾ ਅਧਿਕਾਰ ਨਹੀਂ ਸੀ। ਹਮ ਰਾਖਤ ਪਾਤਸ਼ਾਹੀ ਦਾਵਾ, ਸਾਡੇ ਗੁਰੂ ਨੇ ਸਾਨੂੰ ਪਾਤਸ਼ਾਹੀਆਂ ਦਿੱਤੀਆਂ, ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਪਾਤਸ਼ਾਹੀਆਂ ਬਖਸ਼ ਦਿੱਤੀਆਂ। ਜਦੋਂ ਇੱਕ ਸਿੱਖ ਨੂੰ ਘੋੜੇ ਦੇ ਉੱਤੇ ਬਿਠਾ ਕੇ ਆਪ ਲੈ ਕੇ ਜਾ ਰਹੇ ਨੇ, ਹੁਣ ਵੇਲਾ ਆ ਗਿਆ ਦਸਮ ਪਾਤਸ਼ਾਹ ਜੀ ਦਾ। ਪਾਉਂਟਾ ਸਾਹਿਬ ਦੇ ਕੋਲ ਭੰਗਾਣੀ ਦਾ ਜੰਗ ਹੋਇਆ, ਕਦੀ ਸਮਾਂ ਮਿਲੇ ਤਾਂ ਜ਼ਰੂਰ ਪੜ੍ਹਿਓ ਜਿਹੜੀਆਂ ਉਹ ਜੰਗਾਂ ਹੋਈਆਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ। ਪਾਉਂਟਾ ਸਾਹਿਬ ਦੇ ਨੇੜੇ ਭੰਗਾਣੀ ਦਾ, ਹੁਸੈਨੀ ਦੇ, ਇਹ ਦੋ ਤਿੰਨ ਜਿਹੜੇ, ਇੱਕ ਤੀਜਾ ਜੰਗ ਨਦੌਣ ਦਾ ਹੋਇਆ। ਮੈਂ ਸਿਰਫ ਟੂਕ ਮਾਤਰ ਗੱਲ ਕਰਨੀ ਹੈ। ਦੀਪ ਚੰਦ ਦਾ ਪਿਓ ਬਾਈ ਧਾਰੀ ਰਾਜਾ ਸੀ,
ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਸੀ। ਦਸਮ ਪਿਤਾ ਜੀ ਦੇ ਦਾਦਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨੂੰ 22 ਰਾਜਿਆਂ ਦੇ ਵਿੱਚੋਂ ਕੈਦ ਕਰਾਇਆ। ਮੈਨੂੰ ਉਸ ਰਾਜੇ ਦਾ ਨਾਮ ਭੁੱਲ ਗਿਆ, ਉਹਦਾ ਪੁੱਤਰ ਸੀ ਦੀਪ ਚੰਦ, ਦੀਪ ਚੰਦ ਦਾ ਪੁੱਤਰ ਸੀ ਭੀਮ ਚੰਦ, ਭੀਮ ਚੰਦ ਦਾ ਪੁੱਤਰ ਸੀ ਅਜਮੇਰ ਚੰਦ। ਦਸਮ ਪਿਤਾ ਨੂੰ ਜਦੋਂ ਕਿਲ੍ਹਾ ਖਾਲੀ ਕਰਾਇਆ ਉਹਦੇ ਵਿੱਚ ਸਭ ਤੋਂ ਮੋਹਰੀ ਅਜਮੇਰ ਚੰਦ ਸੀ, ਭੀਮ ਚੰਦ ਦਾ ਪੁੱਤਰ। ਅਤੇ ਜਿਹੜਾ ਇਹ ਭੰਗਾਣੀ ਦਾ ਯੁੱਧ ਹੈ ਉਹ ਅਜਮੇਰ ਚੰਦ ਪਿਓ ਪੁੱਤ ਦੀ ਪੁੱਤਰ ਨੂੰ ਵਿਆਉਣ ਲਈ ਭੀਮ ਚੰਦ ਜਾ ਰਿਹਾ ਅਤੇ ਖੈਬਰ ਦੇ ਵਿੱਚ ਜਦੋਂ ਬਰਾਤ ਵਾਪਸ ਆਉਂਦੀ ਹੈ, ਬੜਾ ਲੰਮਾ ਇਤਿਹਾਸ ਹੈ, ਮੈਂ ਜਿੱਥੇ ਲੈ ਕੇ ਜਾਣਾ, ਅਜਮੇਰ ਚੰਦ ਭੀਮ ਚੰਦ ਦੋਵੇਂ ਪਹਾੜੀ ਰਾਜੇ ਨੇ, ਉਹਨਾਂ ਦੇ ਨਾਲ ਪਹਿਲਾ ਜੰਗ ਭੰਗਾਣੀ ਦਾ ਹੁੰਦਾ, ਉਹ ਬਹੁਤ ਸਾਰੇ ਰਾਜਿਆਂ ਨੂੰ ਜੋੜ ਲੈਂਦਾ ਅਤੇ ਸਿੱਖਾਂ ਦੇ ਕੋਲ ਕੋਈ ਸ਼ਸਤਰ ਨਹੀਂ ਹੈ, ਕੋਈ ਹਥਿਆਰ ਨਹੀਂ ਹੈ। ਗੁਰੂ ਸਾਹਿਬ ਜੀ ਨੂੰ ਸਿੱਖ ਆ ਕੇ ਕਹਿੰਦੇ ਨੇ, ਗੁਰੂ ਸਾਹਿਬ ਜੀ ਉਹਨਾਂ ਨੇ ਪੌਂਟਾ ਸਾਹਿਬ ਨੂੰ ਘੇਰਾ ਪਾ ਲਿਆ ਭੰਗਾਣੀ ਦੇ ਮੈਦਾਨ ਦੇ ਵਿੱਚ, ਉਹ ਜੁੜ ਕੇ ਬੈਠ ਗਏ ਨੇ। ਗੁਰੂ ਸਾਹਿਬ ਜੀ ਕਹਿੰਦੇ ਕੋਈ ਗੱਲ ਨਹੀਂ, ਕਿਸੇ ਦੇ ਹੱਥ ਵਿੱਚ ਮੋਟਾ ਸੋਟਾ ਹੈ, ਕਿਰਪਾਲ ਚੰਦ ਦੇ ਕੋਲ, ਕਿਰਪਾਲ ਦਾਸ ਦੇ ਕੋਲ ਉਹ ਮਹੰਤ ਹੈ, ਉਹਦੇ ਹੱਥ ਵਿੱਚ ਮੋਟਾ ਸੋਟਾ ਹੈ, ਕਿਸੇ ਦੇ ਹੱਥ ਵਿੱਚ ਇੱਕ ਹਲਵਾਈ ਹੈ, ਉਹਦੇ ਹੱਥ ਵਿੱਚ ਖੋਆ ਮਾਰਨ ਵਾਲਾ ਖੁਰਪਾ ਹੈ, ਕਿਸੇ ਦੇ ਕੋਲ ਟੁੱਟੀ ਜੀ ਕੋਈ ਕੁਹਾੜੀ ਹੈ, ਪਰ ਕਿਸੇ ਦੇ ਕੋਲ ਰਫਲ ਨਹੀਂ, ਕਿਸੇ ਦੇ ਕੋਲ ਤੋਪ ਨਹੀਂ ਹੈ। ਇਹੋ ਜਿਹਾ ਜੰਗ ਹੋਇਆ ਕਿ ਉਹਨਾਂ ਦਾ ਪਾਸਾ ਪਲਟ ਕੇ ਰੱਖ ਦਿੱਤਾ। ਗੁਰੂ ਸਾਹਿਬ ਨੂੰ ਉਹ ਸਿੱਖ ਕਹਿੰਦੇ ਨੇ, ਜਦੋਂ ਗੁਰੂ ਸਾਹਿਬ ਜੀ ਕਹਿੰਦੇ ਜੰਗ ਲੜਨਾ, ਕਹਿੰਦੇ ਹੈ ਜੰਗ ਲੜਨਾ, ਪਰ ਅਸੀਂ ਤਾਂ ਸਾਨੂੰ ਤਾਂ ਪਤਾ ਹੀ ਨਹੀਂ, ਜਿਹੜੇ ਉਹ ਚਿੜੀਆਂ ਸਨ ਹਿੰਦੁਸਤਾਨ ਦੀਆਂ, ਹਿੰਦੁਸਤਾਨੀ ਮਨੁੱਖ ਬੰਦੇ ਜਿਹੜੇ ਸਨ ਉਹ ਚਿੜੀਆਂ ਵਰਗੇ ਸਨ, ਅਤੇ ਜਿਹੜੇ ਮੁਗਲ ਸਨ ਉਹ ਖੂਨੀ ਬਾਜ ਸਨ। ਜਦੋਂ ਅਸੀਂ ਕਹਿੰਦੇ ਨਾ ਚਿੜੀਆਂ ਤੋਂ ਮੈਂ ਬਾਜ ਤੜਾਊਂ, ਇਹ ਵਾਲੀ ਜਿਹੜੀ ਤੁੱਕ ਹੈ, ਚਿੜੀਆਂ ਅਸੀਂ ਸੀ ਅਤੇ ਬਾਜ ਉਹ ਜਰਵਾਣੇ ਸਨ। ਉਹ ਕਹਿੰਦੇ ਨੇ ਲੋਕ ਜਿਹਦੇ ਵਿੱਚ ਲੜਦੇ ਨੇ ਗੁਰੂ ਦੇ ਪਿਆਰੇ, ਕਹਿੰਦੇ ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਬੀ ਨਹੀਂ ਪਕੜੀ। ਮੈਂ ਤਾਂ ਕਦੀ ਨੰਗੀ ਜਿਹੜੀ ਕਰਦ ਹੈ, ਚਾਕੂ ਹੈ, ਉਹਨੂੰ ਵੀ ਹੱਥ ਵਿੱਚ ਨਹੀਂ, ਉਹਨੂੰ ਵੀ ਨਹੀਂ ਫੜਿਆ। ਕਾਮ ਹਮਾਰਾ ਤੋਲੂ ਤੱਕੜੀ, ਨੰਗੀ ਕਰਦ ਕਬੂ ਨਹੀਂ ਪਕੜੀ, ਚਿੜੀ ਉੱਡੇ ਡਰ ਸੇ ਮਰ ਜਾਊਂ, ਚਿੜੀ ਉੱਡਦੀ ਹੈ ਅਤੇ ਮੈਂ ਡਰ ਜਾਂਦਾ ਕਿਤੇ ਮੈਨੂੰ ਨਾ ਮਾਰ ਦੇਵੇ, ਮੁਗਲਨ ਸੇ ਕੈਸੇ ਲੜ ਪਾਊਂ। ਫਿਰ ਗੁਰੂ ਸਾਹਿਬ ਜੀ ਇਹੋ ਜਿਹੀ ਸਪਿੱਟ ਭਰਦੇ ਨੇ ਕਿ ਜਿਹੜਾ ਹਰੀਚੰਦ ਰਾਜਾ ਸੀ, ਹਰੀਚੰਦ ਰਾਜਾ ਸੀ, ਉਹਦੇ ਸਿਰ ਦੇ ਵਿੱਚ ਸੋਟਾ ਮਾਰ ਕੇ ਕਿਰਪਾਲ ਦਾਸ ਜਿਹੜਾ ਉਹਦਾ ਸਿਰ ਫੇਰ ਦਿੰਦਾ। ਗੁਰੂ ਸਾਹਿਬ ਜੀ ਨੇ ਸਭ ਕੁਝ ਦਸਮ ਬਾਣੀ ਦੇ ਵਿੱਚ, ਦਸਮ ਗ੍ਰੰਥ ਦੇ ਵਿੱਚ ਇਹ ਸਾਰੀਆਂ ਜੰਗਾਂ ਦਾ ਹਵਾਲਾ ਦਿੱਤਾ, ਕਿਵੇਂ ਹਰੀਚੰਦ ਨੂੰ ਮਾਰਿਆ, ਜਿੰਨੇ ਰਾਜੇ ਨੇ ਜਿੰਨੇ ਮਰੇ ਨੇ ਉਹਨਾਂ ਸਾਰਿਆਂ ਦਾ ਇੱਕ ਤੀਰ ਵੱਜਾ, ਉਹ ਵੀ ਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ। ਭੰਗਾਣੀ ਦੇ ਜੰਗ ਤੋਂ ਸਿੱਧਾ ਆਨੰਦਪੁਰ ਵਿੱਚ ਆ ਗਏ। 1699 ਦੀ ਵਿਸਾਖੀ ਹੈ, ਗੁਰੂ ਸਾਹਿਬ ਜੀ ਨੇ ਕੌਤਕ ਰਚਿਆ, ਦੁਨੀਆ ਦਾ ਇਤਿਹਾਸ ਪਲਟਾਇਆ ਹੈ, ਜੋ ਤੁਹਾਨੂੰ ਥੋੜ੍ਹਾ ਥੋੜ੍ਹਾ ਦੱਸ ਚੁੱਕੇ ਹਾਂ, ਅੱਜ ਫਿਰ ਇਤਿਹਾਸ ਪਲਟਣਾ ਹੈ। ਦਸਮ ਪਿਤਾ ਨੇ ਵਿਸਾਖੀ ਦੇ ਮੌਕੇ ਦੇ ਉੱਤੇ ਗੁਰੂ ਅਮਰਦਾਸ ਜੀ ਤੋਂ ਵਿਸਾਖੀ ਮਨਾਉਣੀ ਸ਼ੁਰੂ ਹੋਈ, ਅਤੇ ਵਿਸਾਖੀ ਜਿਹੜੀ ਹੈ ਉਹ ਮੰਨਦੀ ਜਿਹੜੀ ਹੈ ਅਨੰਦਪੁਰ ਸਾਹਿਬ ਦੇ ਵਿੱਚ ਆ ਗਈ। ਪਹਿਲਾਂ ਗੋਇੰਦਵਾਲ ਮਨਾਈ ਗਈ, ਫਿਰ ਉਸ ਤੋਂ ਬਾਅਦ ਅੰਮ੍ਰਿਤਸਰ ਮਨਾਈ ਗਈ, ਉਸ ਤੋਂ ਬਾਅਦ ਗੁਰਦੁਆਰਾ ਧਮਧਾਨ ਹੈ ਅਨੰਦਪੁਰ ਸਾਹਿਬ ਤੋਂ ਥੋੜ੍ਹਾ ਉੱਪਰ ਜਾ ਕੇ ਉੱਥੇ ਮਨਾਈ ਜਾਂਦੀ ਰਹੀ, ਅਤੇ ਉਸ ਤੋਂ ਬਾਅਦ ਜਿਹੜੀ ਵਿਸਾਖੀ ਅਤੇ ਦਿਵਾਲੀ ਹੈ ਉਹ ਅਨੰਦਪੁਰ ਸਾਹਿਬ ਦੇ ਵਿੱਚ ਮਨਾਈ ਜਾਏ। ਜਿਵੇਂ ਜਿੱਥੇ ਜਿੱਥੇ ਗੁਰੂ ਸਾਹਿਬ ਜੀ ਰਹੇ, ਇਹ ਦੋਵੇਂ ਜਿਹੜੇ ਪੂਰਬ ਸਨ ਉਹ ਸੰਗਤੀ ਰੂਪ ਵਿੱਚ ਮਨਾਏ ਸਨ, ਜਾਂਦੇ ਸਨ। ਦਸਮ ਪਿਤਾ ਜੀ ਨੇ ਸੁਨੇਹੇ ਭੇਜੇ ਨੇ ਕਿ ਤੁਸੀਂ ਚੱਲ ਕੇ ਆਉਣਾ, ਸਾਰਿਆਂ ਨੇ ਆਉਣਾ, ਅਤੇ ਫਿਰ ਅੰਮ੍ਰਿਤ ਸੰਚਾਰ ਹੋਇਆ। ਅੰਮ੍ਰਿਤ ਸੰਚਾਰ ਹੋਣ ਦੇ ਲਈ ਤਿਆਰੀਆਂ ਹੋਈਆਂ ਨੇ, ਮੈਨੂੰ ਟਾਈਮ ਦਿਖਾ ਰਹੇ ਨੇ, ਮੈਨੂੰ ਸ਼ੋਰਟਕੱਟ ਕਰਨਾ ਪੈ ਰਿਹਾ। ਜਦੋਂ ਉਹ ਸਾਰਾ ਕੁਝ ਕੌਤਕ ਵਰਤਦਾ ਪਿਆ, ਕਿਸੇ ਨੂੰ ਨਹੀਂ ਪਤਾ ਵੀ ਕੀ ਹੋਣਾ, ਸਤਿਗੁਰ ਆ ਗਿਆ ਸੀਸ ਪੇਟ ਦੇਵੋ। ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਆ ਉਰਾਂ ਥਾਂ ਥਾਂ ਉੱਤੇ ਮਸਤਕ ਝੁਕਾਵਣ ਵਾਲਿਆ, ਅੱਜ ਮੈਂ ਤੇਰੀ ਅਣਖ ਨੂੰ ਮਗਰੂਰ ਹੁੰਦਾ ਵੇਖਣਾ, ਅੱਜ ਮੈਂ ਤੇਰੀ ਅਣਖ ਨੂੰ ਜਿਉਂਦਾ ਕਰਨਾ, ਕਿਉਂਕਿ ਤੇਰੀ ਪੱਤ ਨੂੰ ਸਿੱਧਾ ਹੀ ਹੱਥ ਪੈਂਦਾ, ਅੱਜ ਮੈਂ ਤੈਨੂੰ ਦੁਨੀਆ ਦਾ ਪਾਤਸ਼ਾਹ ਬਣਾ ਦੇਣਾ, ਅਤੇ ਇਹੋ ਜਿਹੀ ਪਾਤਸ਼ਾਹੀ ਦੇਣੀ ਹੈ ਕਿ ਤੇਰੇ ਪੈਰਾਂ 'ਚ ਪਾਤਸ਼ਾਹੀਆਂ ਰੁਲਣੀਆਂ ਨੇ। ਨਾਦਰ ਸ਼ਾਹ ਜ਼ਕਰੀਆ ਖਾਂ ਖਿਲਤ ਭੇਜਦਾ ਹੈ ਖਾਲਸੇ ਨੂੰ ਕਿ ਇਹ ਖਿਲਤ ਲੈ ਲਓ ਨਵਾਬੀ ਦੀ ਅਤੇ ਮੇਰੇ ਨਾਲ ਸੁਲਾਹ ਕਰ ਲਓ। ਕੋਈ ਸਿੱਖ, ਨਵਾਬੀ ਦਾ ਮਤਲਬ ਹੈ ਸੀ ਐੱਮ ਦੀ ਪੋਸਟ, ਨਵਾਬ ਹੁੰਦਾ ਸੀ ਇੱਕ ਏਰੀਏ ਦਾ ਮੁੱਖ ਮੰਤਰੀ,
ਸੀਐਮ ਦੀ ਕੁਰਸੀ ਮਿਲਦੀ ਪਈ ਹੈ ਤੇ ਖਾਲਸਾ ਠੁੱਡ ਮਾਰਦਾ, ਅਸੀਂ ਨਹੀਂ ਲੈਂਦੇ, ਸਾਨੂੰ ਸਾਡਾ ਗੁਰੂ ਪਾਤਸ਼ਾਹੀਆਂ ਦੇ ਗਿਆ, ਅਸੀਂ ਇਸ ਨੂੰ ਅਭੀ ਨੂੰ ਕੀ ਕਰਨਾ, ਕੋਈ ਸਿੱਖ ਲੈਣ ਲਈ ਤਿਆਰ ਨਹੀਂ। ਬਾ ਭਾਈ ਸੁਵੇਗ ਸਿੰਘ ਨੇ ਉਹ ਕਹਿੰਦੇ ਨੇ ਭਈ ਨਹੀਂ, ਉਹਨਾਂ ਨੇ ਭੇਜੀ, ਇਹਨੂੰ ਮਨਜ਼ੂਰ ਕਰੋ, ਮੈਂ ਲੈ ਕੇ ਆਇਆ, ਮੇਰੀ ਇੱਜ਼ਤ ਰੱਖ ਲਓ। ਕਦੀ ਕਿਸੇ ਸਿੱਖ ਨੂੰ ਕਹਿੰਦੇ ਤੂੰ ਲੈ ਲਾ, ਕਦੀ ਕਿਸੇ ਨੂੰ ਕਹਿੰਦੇ ਤੂੰ ਲੈ ਲਾ, ਨਾ ਹੀ ਅਸੀਂ ਨਹੀਂ ਲੈਂਦੇ। ਭਾਈ ਨਵਾਬ ਸਿੰਘ ਸੰਗਤ ਦੇ ਵਿੱਚ ਪੱਖਾ ਝੱਲਣ ਦੀ ਸੇਵਾ ਕਰਦੇ ਪਏ ਸਨ। ਭਾਈ ਨਵਾਬ ਸਿੰਘ ਨੂੰ ਆਵਾਜ਼ ਮਾਰੀ ਹੈ, ਨਵਾਬ ਸਿੰਘ ਜੀ ਇੱਧਰ ਆਓ, ਅਸੀਂ ਇਹ ਨਵਾਬੀ ਤੁਹਾਨੂੰ ਦੇਣੀ ਹੈ। ਨਵਾਬ ਸਿੰਘ ਮੰਨਦੇ ਨਹੀਂ, ਕਹਿੰਦੇ ਨਹੀਂ। ਨਵਾਬ ਕਪੂਰ ਸਿੰਘ, ਸੋਰੀ, ਕਪੂਰ ਸਿੰਘ ਮੰਨਦੇ ਨਹੀਂ। ਕਪੂਰ ਸਿੰਘ ਕਹਿੰਦੇ ਨਹੀਂ, ਮੈਂ ਨਹੀਂ ਲਵਾਂਗਾ। ਫਿਰ ਅਖੀਰ ਨੂੰ ਉਹ ਦੋ ਸ਼ਰਤਾਂ 'ਤੇ ਮੰਨੇ, ਕਹਿੰਦੇ ਇੱਕ ਇਹ ਹੈ ਕਿ ਇਹ ਜਿਹੜੀ ਨਵਾਬੀ ਹੈ, ਇਹ ਜਿੰਨੇ ਸਿੱਖ ਖਰੇ ਨੇ ਉਹਨਾਂ ਦੇ ਪੈਰਾਂ ਨੂੰ ਲਵਾਓ, ਉਹਨਾਂ ਦੇ ਪੈਰਾਂ ਨੂੰ ਛਵਾਓ। ਨਵਾਬੀ ਸਿਰ 'ਤੇ ਰੱਖੀ ਜਾਂਦੀ ਸੀ, ਨਵਾਬੀ ਖਿਲਤ ਹੁੰਦੀ ਸੀ, ਸ਼ਾਹੀ ਮਿਲਦੀ ਸੀ, ਉਹਨੂੰ ਸਿਰ 'ਤੇ ਥਾਂ ਮਿਲਦੀ ਸੀ। ਖਾਲਸੇ ਨੇ ਪੈਰਾਂ 'ਚ ਰੱਖ ਦਿੱਤੀ ਕਿ ਸਾਡੇ ਪੈਰਾਂ 'ਚ ਰੁਲਦੀਆਂ ਪਾਤਸ਼ਾਹੀਆਂ, ਕਹਿੰਦੇ ਆਹ ਪੈਰਾਂ 'ਚ ਪਈ ਹੈ, ਪਹਿਲਾਂ ਖਾਲਸਾ ਪੈਰਾਂ ਵਿੱਚ ਪਾਵੇ, ਮੈਂ ਬਾਅਦ 'ਚ ਇਹਨੂੰ ਕਬੂਲ ਕਰਾਂਗਾ। ਉਹਦੇ ਵਿੱਚ ਇੱਕ ਪੁਸ਼ਾਕ ਹੁੰਦੀ ਹੈ, ਨਵਾਬ ਕਪੂਰ ਸਿੰਘ ਨੇ ਕਦੀ ਉਹ ਪੁਸ਼ਾਕ ਨਹੀਂ ਪਹਿਨੀ। ਦੂਜੀ ਉਹਨਾਂ ਕਿਹਾ, ਮੈਂ ਘੋੜਿਆਂ ਦੀ ਲਿੱਦ ਚੁੱਕਣ ਦੀ ਸੇਵਾ ਨਹੀਂ ਛੱਡਾਂਗਾ ਅਤੇ ਸੰਗਤ ਨੂੰ ਪੱਖਾ ਝੱਲਣ ਦੀ ਸੇਵਾ ਨਹੀਂ ਛੱਡਾਂਗਾ। ਉਸ ਗੁਰੂ ਪਿਤਾ ਨੇ ਪੰਜ ਸੀਸ ਮੰਗੇ ਨੇ ਅਤੇ ਪੰਜ ਪਿਆਰੇ ਉਹਨਾਂ ਨੂੰ ਖਿਤਾਬ ਬਖਸ਼ਿਆ। ਦੁਨੀਆ ਵਾਲਿਓ, ਅਸੀਂ ਪੜ੍ਹਦੇ ਆਏ ਹਾਂ, ਸੁਣਦੇ ਆਏ ਹਾਂ ਕਿ ਗੁਰੂ ਦਿਖਿਆ ਦਿੰਦਾ ਅਤੇ ਚੇਲਾ ਬਣਾਉਂਦਾ ਹੈ, ਪਰ ਕਿਹੜੇ ਇਤਿਹਾਸ ਵਿੱਚ, ਕਿਹੜੇ ਧਰਮ ਵਿੱਚ ਸਾਨੂੰ ਇਹ ਚੀਜ਼ ਮਿਲੇਗੀ ਕਿ ਗੁਰੂ ਚੇਲਿਆਂ ਕੋਲੋਂ ਦਿਖਿਆ ਲੈਂਦਾ, ਇਤਿਹਾਸ ਪਲਟ ਕੇ ਰੱਖ ਦਿੱਤਾ, ਉਲਟੀ ਗੰਗ ਵਹਾਇਓਨ, ਉਲਟੀ ਗੰਗਾ ਨੂੰ ਫੇਰ ਪਾ ਦਿੱਤਾ ਕਿ ਉਲਟੀ ਹੋ ਕੇ ਚੱਲ। ਅੱਜ ਮੈਂ ਪਿਆਰਿਆਂ ਕੋਲੋਂ ਅੰਮ੍ਰਿਤ ਮੰਗਣਾ ਹੈ। ਕੀ ਹੈ ਇਸ ਅੰਮ੍ਰਿਤ ਦੇ ਵਿੱਚ? ਇਸ ਅੰਮ੍ਰਿਤ ਦੇ ਵਿੱਚ ਉਹ ਚਿੜੀ ਨੇ ਚੁੰਝ ਭਰੀ ਅਤੇ ਬਾਗਾਂ ਜਿਹੜੇ ਬਾਜ਼ ਨੇ ਉਹਨਾਂ ਦੇ ਖੰਭ ਤੋੜ ਸੁੱਟੇ, ਅਤੇ ਜਿਹੜੀ ਪੱਤ ਜਿਹੜੀ ਸੀ ਲੱਥ ਦੀ ਸੀ, ਸ਼ਰੇਆਮ ਮੁਗਲ ਜਰਵਾਣੇ ਆਉਂਦੇ ਸਨ ਜਿਹੜੇ ਆ ਕੇ ਦਰਾ ਖੈਬਰ ਤੋਂ ਹਮਲਾ ਕਰਦੇ ਸਨ, ਹਰੀ ਸਿੰਘ ਨਲਵਾ ਜਦੋਂ ਉੱਥੇ ਖਲੋ ਗਿਆ ਅਤੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਦਰਿਆ ਖੈਬਰ ਨੂੰ ਪਾਰ ਕਰ ਜਾਵੇ। ਜਿੰਨੀ ਦੇਰ ਤੱਕ ਖਾਲਸੇ ਦਾ ਪੂਰਨ ਰੂਪ ਕਾਇਮ ਰਿਹਾ ਹੈ, ਕਦੀ ਸਿੱਖ ਕੌਮ ਵੱਲ ਕਿਸੇ ਨੇ ਅੱਖ ਭਰ ਕੇ ਹਿੰਮਤ ਨਹੀਂ ਕੀਤੀ, ਜੁਰਤ ਨਹੀਂ ਕੀਤੀ ਕਿ ਖਾਲਸੇ ਵੱਲ ਕਾਣੀ ਅੱਖ ਨਾਲ ਵੇਖ ਜਾਵੇ। ਇਹ ਕਿੰਨੇ ਬਖਸ਼ਿਆ ਹੈ, ਇਹ ਕਿੰਨੇ ਦਿੱਤਾ ਹੈ ਸਾਡੇ ਪ੍ਰੀਤਮ ਪਿਆਰੇ ਨੇ, ਪਿਓ ਤੋਂ ਲੈ ਕੇ ਮਾਂ, ਮਾਂ ਤੋਂ ਲੈ ਕੇ ਪੁੱਤ, ਚਾਰ ਪੁੱਤ ਵਾਰੇ ਨੇ ਅਤੇ ਕਫਨ ਕਿਹਦੇ 'ਤੇ ਪਾਇਆ ਹੈ। ਬਹੁਤ ਹੀ ਗਰੀਬ ਮਾਪੇ ਇਸ ਜੱਗ ਵਿੱਚ ਹੋਏ ਨੇ, ਪਰ ਕਫਨ ਉਹ ਬਗੈਰ ਦੱਸੋ ਕਿਹਦੇ ਪੁੱਤ ਗਏ ਨੇ। ਬੜੇ ਹੀ ਗਰੀਬ ਨੇ ਇਸ ਦੁਨੀਆਂ ਦੇ ਲੋਕ, ਪਰ ਕਫਨ ਪਾਉਣ ਜੋਗੇ ਹੁੰਦੇ ਨੇ। ਚਾਰ ਪੁੱਤ ਵਾਰੇ ਨੇ ਸਾਡੀ ਨੰਗੀ ਹਿੰਦ ਦੇ ਉੱਤੋਂ, ਸਾਡੀ ਨੰਗੀ ਸਰੀਰ ਦੀ, ਸਾਡੀ ਨੰਗੀ ਆਤਮਾ ਦੇ ਉੱਤੋਂ। ਸਾਡੀਆਂ ਧੀਆਂ ਭੈਣਾਂ ਗਜਨੀ ਦੇ ਬਾਜ਼ਾਰ ਵਿੱਚ ਟਕੇ ਟਕੇ 'ਤੇ ਵੇਖਦੀਆਂ ਸਨ, ਪਰ ਸਿੱਖਾਂ ਨੇ ਇੱਕ ਬੰਨ ਲਾ ਦਿੱਤਾ, ਹਿੰਦੁਸਤਾਨ ਨੂੰ ਜਿਉਣਾ ਸਿਖਾ ਦਿੱਤਾ। ਜਿਹੜਾ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਲੋਕਾਂ ਨੂੰ ਜਦੋਂ ਬਾਬਰ ਨੇ ਹਮਲਾ ਕੀਤਾ ਸੀ, ਉਹ ਲਾਨਤ ਆ ਤੁਹਾਡੇ ਜੀਵਨ ਦੇ ਉੱਤੇ, ਤੁਹਾਡੇ ਸਾਹਮਣੇ ਤੁਹਾਡੀਆਂ ਧੀਆਂ ਭੈਣਾਂ ਬੇਪਤ ਹੋਈਆਂ, ਉਹ ਕੁਝ ਸੈਂਕੜੇ, ਉਹ 400 ਬੰਦਾ ਮੁਗਲਾਂ ਦਾ, ਬਾਬਰ ਦਾ, ਅਤੇ ਤੁਸੀਂ ਲੱਖਾਂ ਵਿੱਚ ਹੋ ਕੇ ਵੀ ਉਹਦਾ ਮੁਕਾਬਲਾ ਨਹੀਂ ਕਰ ਸਕੇ। ਜੇ ਜੀਵੇ ਪੱਤ ਲੱਥੀ ਜਾਏ ਸਭ ਹਰਾਮ, ਜੇ ਤਾਖਿਸ਼ ਖਾਏ। ਗੁਰ ਕਲਗੀਧਰ ਨੇ ਸਾਨੂੰ ਉਹ ਸਰੂਪ ਬਖਸ਼ਿਆ, ਜੇ ਇੱਕ ਪਾਣੀ ਆਇਆ ਹੈ, ਇੱਕ ਜਲ ਆਇਆ ਹੈ, ਉਹਦੇ ਵਿੱਚ ਪਤਾਸੇ ਪਾਏ ਨੇ, ਜਦ ਪੰਜ ਬਾਣੀਆਂ ਉਹਦੇ ਵਿੱਚ ਪਾਈਆਂ ਨੇ ਤਾਂ ਉਹਨੂੰ ਅੰਮ੍ਰਿਤ ਦੱਸਿਆ, ਖੰਡਾ ਉਹਦੇ ਵਿੱਚ ਫੇਰਿਆ ਜੋ ਸ਼ਕਤੀ ਦਾ, ਪਰਮਾਤਮਾ ਦੀ ਸ਼ਕਤੀ ਦਾ ਪ੍ਰਤੀਕ ਹੈ, ਸਰਬ ਲੋਹ ਦਾ ਬਾਟਾ ਵਰਤਿਆ ਸਾਡੇ ਅੱਖਾਂ ਦੇ ਵਿੱਚ। ਇਹ ਨੇਤਰੋ ਮੇਰਿਓ, ਸਾਨੂੰ ਜਗਾਉਣ ਦੇ ਲਈ ਪੰਜ ਪਿਆਰੇ ਗੁਰੂ ਰੂਪ ਨੇ। ਕੱਲ੍ਹ ਗੁਰੂ ਨੇ ਆਉਣਾ ਹੈ, ਕੱਲ੍ਹ ਗੁਰੂ ਦੇ ਦੀਦਾਰ ਹੋਣੇ ਨੇ, ਕਿਹਨੂੰ ਹੋਣੇ ਨੇ ਉਹ ਗੁਰੂ ਜਾਣਦਾ, ਉਹਨੂੰ ਪਤਾ ਕਿਤੇ ਬਖਸ਼ਿਸ਼ ਹੋਣੀ ਹੈ, ਸਾਨੂੰ ਨਹੀਂ ਪਤਾ। ਅੱਖਾਂ ਵਿੱਚ ਸਿੱਟੇ ਵੱਜਦੇ ਨੇ, ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਡੇ ਸਿਰ ਵਿੱਚ ਪੈਂਦੇ ਨੇ, ਸਾਨੂੰ ਛਕਾਉਂਦੇ ਨੇ, ਇੱਕ ਬਾਟੇ ਦੇ ਵਿੱਚ ਛਕਾਉਂਦੇ। ਜਿਹੜਾ ਉਹ ਦ੍ਰਿਸ਼ ਹੈ, ਜਿਹੜਾ ਉਹ ਕਰਾਮਾਤ ਹੈ, ਜਿਹੜਾ ਉਹ ਕ੍ਰਿਸ਼ਮਾ ਹੈ, ਉਹ ਬਿਆਨ ਨਹੀਂ ਕੀਤਾ ਜਾ ਸਕਦਾ ਸੰਗਤ ਜੀ। ਉਹ ਜਿਹੜਾ ਛਕਦਾ ਹੈ ਉਹੀ ਜਾਣਦਾ, ਪਰ ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਜਿਹੜਾ ਅੰਮ੍ਰਿਤ ਹੈ ਉਹ ਜਦੋਂ ਸਾਡੇ ਅੱਖਾਂ ਦੇ ਰਾਹੀਂ ਸਾਡੀ ਆਤਮਾ ਵੱਲ ਜਾਂਦਾ,
ਸਾਡੇ ਮਨ ਵਿੱਚ ਜਾਂਦਾ ਹੈ, ਸਾਡੀ ਜ਼ਿੰਦਗੀ ਨੂੰ ਪਲਟਾ ਕੇ ਰੱਖ ਦਿੰਦਾ। ਅਸੀਂ ਰੋਜ਼ ਹੀ ਅੰਮ੍ਰਿਤ ਛਕਦੇ ਹਾਂ ਪੰਜ ਬਾਣੀਆਂ ਦੇ ਰਾਹੀਂ। ਆਪਣੇ ਘਰਾਂ ਨੂੰ ਧਰਮਸ਼ਾਲਾ ਬਣਾ ਕੇ ਦਸਮ ਪਿਤਾ ਨੇ ਸਾਡੇ ਲਈ ਜੋ ਕੀਤਾ ਹੈ, ਅਸੀਂ ਉਹਦੇ ਕਰਜ਼ਦਾਰ ਹਾਂ। ਅਸੀਂ ਉਹਨਾਂ ਦਾ ਕਰਜ਼ਾ ਨਹੀਂ ਦੇ ਸਕਦੇ, ਅਸੀਂ ਉਹਦੇ ਦੇਣਦਾਰ ਹਾਂ। ਅਸੀਂ ਬੇਸ਼ੱਕ ਜਿੰਨਾ ਮਰਜ਼ੀ ਕੋਸ਼ਿਸ਼ ਕਰ ਲਈਏ, ਗੁਰੂ ਸਾਹਿਬ ਜੀ ਨੇ ਸਾਨੂੰ ਇੱਕ ਗੱਲ ਕਹੀ ਸੀ, ਸਿਆਣਾ ਧੀ ਅਤੇ ਪੁੱਤ ਉਹ ਹੁੰਦਾ ਹੈ ਜੋ ਮਾਂ ਪਿਓ ਦਾ ਆਗਿਆਕਾਰ ਹੁੰਦਾ ਹੈ। ਗਲਤ ਤਾਂ ਨਹੀਂ ਕਿਹਾ? ਹਾਂਜੀ ਬੋਲੋ ਜੀ। ਨਹੀਂ, ਸਿਆਣਾ ਧੀ ਪੁੱਤ ਉਹ ਹੈ ਜੋ ਮਾਤਾ ਪਿਤਾ ਦਾ ਆਗਿਆਕਾਰੀ ਹੈ। ਸਾਡੇ ਪਿਓ ਨੇ ਸਾਨੂੰ ਕਿਹਾ ਸੀ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੂੰ ਨਿਵਾਸ। ਜਿਹੜਾ ਖਾਲਸਾ ਹੈ, ਜਿਹੜਾ ਉਹਦਾ ਰੂਪ ਹੈ, ਉਹ ਮੇਰਾ ਰੂਪ ਹੈ। ਸਾਬਤ ਸੂਰਤ ਸਿੱਖ ਦੇ ਵਿੱਚੋਂ ਮੇਰੇ ਦੀਦਾਰ ਹੋਣਗੇ। ਜੇ ਰੁਰਦੇਹੀ ਰੂਪ ਵਿੱਚ ਦੀਦਾਰ ਕਰਨੇ ਤੇ ਮੈਂ ਪੰਜਾਂ ਦੇ ਰੂਪ ਵਿੱਚ, ਜਦੋਂ ਸਾਨੂੰ ਪੰਜ ਪਿਆਰੇ ਅੰਮ੍ਰਿਤ ਛਕਾਉਂਦੇ ਨੇ ਨਾ, ਅਤੇ ਉਹਨਾਂ ਦੇ ਨਾਮ ਦੇ ਨਾਲੋਂ ਉਹਨਾਂ ਦੇ ਨਾਮ ਕੱਟ ਲਓ, ਉਹ ਕਲਗੀਧਰ ਆਪ ਅੰਮ੍ਰਿਤ ਦੀ ਦਿਖਿਆ ਸਾਨੂੰ ਦੇਣ ਆਉਂਦੇ ਨੇ। ਉਹ ਪੰਜ ਪਿਆਰੇ ਦੇ ਰੂਪ ਵਿੱਚ ਦਸਮ ਪਿਤਾ ਆਪ ਆਉਂਦੇ ਨੇ ਅਤੇ ਆਪ ਸਾਨੂੰ ਆਪਣੇ ਗੱਲ ਨਾਲ ਲਾਉਂਦੇ ਨੇ। ਇਹ ਅਸੀਂ ਵੇਖਣਾ ਹੈ ਕਿ ਅਸੀਂ ਕਿਹੜੇ ਪਾਸੇ ਨੂੰ ਜਾਣਾ ਹੈ, ਕਿਉਂਕਿ ਅੰਮ੍ਰਿਤ ਦੀ ਸੇਲ ਨਹੀਂ ਲਾਈ ਕਦੀ ਵੀ। ਅੰਮ੍ਰਿਤ ਤਾਂ ਸਿਰ ਦੇਣਾ ਪੈਂਦਾ ਹੈ, ਅੰਮ੍ਰਿਤ ਦੇ ਲਈ ਆਪਣਾ ਆਪ ਭੇਟ ਕਰਨਾ ਪੈਂਦਾ, ਫਿਰ ਮਿਲਦਾ ਹੈ ਅਤੇ ਫਿਰ ਮਰਨ ਦੀ ਜਾਂਚ ਆ ਜਾਂਦੀ ਹੈ, ਜੀਵਨ ਦੀ ਜਾਂਚ ਆ ਜਾਂਦੀ ਹੈ, ਫਿਰ ਸਾਨੂੰ ਮੌਤ ਤੋਂ ਡਰ ਨਹੀਂ ਹੈ। 9 ਅਕਤੂਬਰ ਨੂੰ ਭਾਈ ਹਰਜਿੰਦਰ ਸਿੰਘ ਅਤੇ ਸੁਖਦੇਵ ਸਿੰਘ ਨੂੰ ਫਾਂਸੀ 'ਤੇ ਚਾੜ੍ਹਿਆ ਗਿਆ ਵੈਦਿਆ ਕਤਲਕਾਂਡ ਦੇ ਵਿੱਚ। ਜਦੋਂ ਸਿੰਘਾਂ ਨੂੰ ਫਾਂਸੀ ਦਾ ਹੁਕਮ ਹੋ ਗਿਆ ਅਤੇ ਉਹਨਾਂ ਨੇ ਆਪਣੇ ਘਰ ਵਿੱਚ ਮੈਸੇਜ ਭੇਜਿਆ ਕਿਸੇ ਦੇ ਰਾਹੀਂ ਕਿ ਸਾਨੂੰ ਇਹੋ ਜਿਹੇ ਪੁਸ਼ਾਕੇ ਚਾਹੀਦੇ ਨੇ ਅਤੇ ਇੰਨੇ ਪੈਸੇ ਚਾਹੀਦੇ ਨੇ, ਘਰਦਿਆਂ ਨੇ ਉਹ ਭੇਜ ਦਿੱਤੇ। ਕਾਰਨ ਨਹੀਂ ਪੁੱਛਿਆ, ਕਿਉਂਕਿ ਪਤਾ ਹੈ ਪੁੱਤਰਾਂ ਨੇ ਸ਼ਹੀਦੀ ਵਾਲੇ ਪੈਂਡੇ 'ਤੇ ਪੈਣਾ ਹੈ, ਕੁਝ ਨਹੀਂ ਪੁੱਛਿਆ। ਅਤੇ ਜਿਹੜਾ ਜੇਲਰ ਸੀ ਉਹਨੂੰ ਉਹਨਾਂ ਸਿੰਘਾਂ ਨੇ ਕਿਹਾ ਕਿ ਹਲਵਾਈ ਲਾਓ ਅਤੇ ਲੱਡੂ ਬਣਵਾਓ। ਜੇਲਰ ਹੈਰਾਨ ਕਿ ਕੀ ਕਰਦੇ ਪਏ ਨੇ, ਫਾਂਸੀ ਲੱਗਣੀ ਹੋਵੇ ਅਤੇ ਬੰਦਾ ਧਾਹਾਂ ਮਾਰ ਮਾਰ ਕੇ ਰੋਂਦਾ। ਉਹਨਾਂ ਦੋਵਾਂ ਸਿੰਘਾਂ ਨੇ ਕੁਇੰਟਲਾਂ ਦੇ ਹਿਸਾਬ ਵਿੱਚ ਲੱਡੂ ਬਣਵਾਏ, ਟੋਕਰੀਆਂ ਮੰਗਾਈਆਂ ਅਤੇ ਹਰ ਇੱਕ ਜਿਹੜਾ ਉੱਥੇ ਕੈਬਨ ਸੀ, ਜਿਹੜੀਆਂ ਬੈਰਕਾਂ ਸਨ, ਉਹਨਾਂ ਦੇ ਦਰਵਾਜ਼ੇ ਦੇ ਮੂਹਰੇ ਜਾ ਕੇ ਜਿਹੜੇ ਕੈਦੀ ਸਨ ਉਹਨਾਂ ਦੇ ਮੂੰਹ ਵਿੱਚ ਲੱਡੂ ਪਾਉਂਦੇ ਨੇ ਅਤੇ ਕੈਦੀ ਧਾਹਾਂ ਮਾਰਦੇ ਨੇ। ਭਾਈ ਹਰਜਿੰਦਰ ਸਿੰਘ ਕਹਿੰਦਾ ਨੇ, ਅਸੀਂ ਲਾੜੀ ਮੌਤ ਨੂੰ ਵਿਆਹੁਣ ਚੱਲੇ ਹਾਂ, ਅਸੀਂ ਲਾੜੇ ਬਣ ਲੱਗੇ ਹਾਂ, ਸਾਡਾ ਵਿਆਹ ਹੈ ਅਤੇ ਵਿਆਹ ਦੇ ਲਈ ਅਸੀਂ ਹਲਵਾਈ ਲਾਏ ਨੇ, ਤੁਸੀਂ ਸਾਨੂੰ ਵਧਾਈਆਂ ਦਿਓ, ਸਾਡੇ ਵਿਆਹ ਦੀਆਂ ਘੋੜੀਆਂ ਗਾਓ, ਅਸੀਂ ਲਾੜੀ ਮੌਤ ਨੂੰ ਵਿਆਹੁਣ ਚੱਲੇ ਹੋ। ਇਹ ਲਾੜੀ ਮੌਤ ਨੂੰ ਕਿੰਨੇ ਵਿਆਹਿਆ ਹੈ? ਗੁਰੂ ਸਾਹਿਬ ਜੀ ਦੇ ਦੋ ਵੱਡੇ ਪੁੱਤਰਾਂ ਨੇ, ਉਹਨੇ ਲਾੜੀ ਮੌਤ ਵਿਆਹ ਲਈ ਅਤੇ ਗਿਆ ਸ਼ਹੀਦੀ ਪਾ, ਵੇਖ ਕੇ ਲਾਸ਼ ਅਜੀਤ ਦੀ ਦਸ਼ਮੇਸ਼ ਨੂੰ ਚੜਿਆ ਚਾਹ ਉਹਨੇ ਜਕਾਰੇ ਛੱਡੇ ਨੇ ਅਤੇ ਉਹਤੋਂ ਸਿੱਖ ਲੈ ਕੇ ਗੁਰੂ ਦੇ ਪਿਆਰੇ ਲੱਡੂ ਵੰਡਦੇ ਪਏ ਨੇ। ਜਦੋਂ ਫਾਂਸੀ ਦੀ ਸਜ਼ਾ ਹੋਈ ਅਤੇ ਫਾਂਸੀ ਲੱਗਣ ਤੱਕ ਭਾਈ ਹਰਜਿੰਦਰ ਸਿੰਘ ਜਿੰਦੇ ਦਾ ਵੇਟ 20 ਕਿਲੋ ਵੱਧ ਗਿਆ ਸੀ। ਲੋਕਾਂ ਦਾ ਘਟਦਾ ਹੈ, ਸਿੰਘ ਦਾ ਵੱਧ ਗਿਆ ਸੀ। ਨਵਾਂ ਪੁਸ਼ਾਕਾ ਪਾ ਕੇ, ਜਿਹੜਾ ਫਾਂਸੀ ਦਾ ਰੱਸਾ ਹੈ, ਨਵੀਆਂ ਦਸਤਾਰਾਂ ਸਜਾ ਕੇ ਜਕਾਰੇ ਛੱਡਦੇ ਜੇਲ੍ਹ ਦੇ, ਸਾਰੀ ਜੇਲ੍ਹ ਉੱਥੇ ਪਹੁੰਚੇ ਨੇ। ਸ਼ਕਤੀ ਕਿਹਦੀ ਹੈ? ਅੰਮ੍ਰਿਤ ਦੀ। ਕਿਰਪਾ ਕਿਹਦੀ ਹੈ? ਦਾਤੇ ਦੀ। ਜਦੋਂ ਫਾਂਸੀ ਦੇ ਕੋਲ ਪਹੁੰਚੇ ਨੇ ਤੇ ਕਾਲਾ ਟੋਪ ਪਾਇਆ ਜਾਂਦਾ, ਕਿਤੇ ਫਾਂਸੀ ਨੂੰ ਵੇਖ ਕੇ ਡਰ ਨਾ ਜਾਣ। ਇਤਿਹਾਸ ਫੋਲ ਕੇ ਵੇਖੋ, ਜਿੰਨੇ ਸਿੰਘਾਂ ਨੂੰ 20ਵੀਂ ਸਦੀ ਦੇ ਵਿੱਚ ਫਾਂਸੀ 'ਤੇ ਚਾੜਿਆ ਗਿਆ ਹੈ, ਭਾਵੇਂ ਉਹ ਬੇਅੰਤ ਸਿੰਘ ਨੇ, ਭਾਵੇਂ ਉਹ ਸਤਵੰਤ ਸਿੰਘ ਨੇ, ਭਾਵੇਂ ਕੇਹਲ ਸਿੰਘ ਨੇ, ਭਾਈ ਸੁਖਦੇਵ ਸਿੰਘ ਨੇ, ਭਾਵੇਂ ਭਾਈ ਹਰਜਿੰਦਰ ਸਿੰਘ ਨੇ, ਇਹਨਾਂ ਸਿੰਘਾਂ ਨੇ ਕਦੀ ਆਪਣੇ ਮੂੰਹ ਦੇ ਉੱਤੇ ਕਾਲਾ ਕੱਪੜਾ ਨਹੀਂ ਪਾਇਆ। ਭਾਈ ਹਰਜਿੰਦਰ ਸਿੰਘ ਕਹਿੰਦੇ ਨੇ, ਅਸੀਂ ਮੂੰਹ ਲੁਕਾ ਕੇ ਨਹੀਂ ਜਾਣਾ ਦੁਨੀਆ ਤੋਂ, ਅਸੀਂ ਦੁਨੀਆ ਨੂੰ ਮੂੰਹ ਲਿਖਾ ਕੇ ਜਾਣਾ ਹੈ ਕਿ ਗੁਰੂ ਦੇ ਸਿੱਖ ਆਪਣੇ ਧਰਮ ਤੋਂ ਕਿਵੇਂ ਆਪਾਂ ਮਾਰਦੇ ਨੇ। ਪੂਰਾ ਇਤਿਹਾਸ ਪੜ੍ਹ ਕੇ ਵੇਖ ਲਓ, ਅਸੀਂ ਆਪਣੇ ਘਰ ਨੂੰ ਪਾਸੇ ਰੱਖ ਕੇ ਧਰਮ ਨੂੰ ਪਹਿਲ ਦਿੰਦੇ ਹਾਂ, ਪਰ ਸਿਖਾਇਆ ਕਿੰਨੇ ਹੈ? ਸਾਡੇ ਗੁਰੂ ਨੇ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਾਂ ਤਲੀ ਗਲੀ ਮੇਰੀ ਆਓ, ਇਤ ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਮਾਰਗ ਪੈਰ ਤਰੀ ਜੈ, ਸਿਰ ਦੀ ਜੈ ਕਾਣ ਨਾ ਕੀ ਜੈ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ, ਜੋ ਤੋ ਪ੍ਰੇਮ ਖੇਲਣ ਕਾ ਚਾਓ।
ਚਿਤ ਮਾਰਗ ਪੈਰ ਤਰੀ ਜੈ ਸਿਰ ਦੀ ਜੈ ਕਾਣ ਨਾ ਕੀਜੈ ਅਸੀਂ ਸੀਸ ਪੇਟ ਕਰਕੇ ਉਹਨੂੰ ਆਪਣਾ ਬਣਾਉਣਾ ਹੈ। ਸਾਡੇ ਵਿੱਚ ਕੋਈ ਇਹੋ ਜਿਹਾ ਨਹੀਂ ਜਿਹੜਾ ਗੁਰੂ ਨੂੰ ਪਿਆਰ ਨਹੀਂ ਕਰਦਾ। ਜੇਕਰ ਗੁਰੂ ਨੂੰ ਪਿਆਰ ਨਾ ਕਰਦੇ ਹੁੰਦੇ ਤਾਂ ਗੁਰੂ ਸਾਨੂੰ ਇੱਥੇ ਨਾ ਲੈ ਕੇ ਆਉਂਦਾ। ਅਸੀਂ ਪੂਰੀ ਅਨੰਦਪੁਰ ਵਿੱਚ ਬੈਠੇ ਹਾਂ ਅਤੇ ਉਸ ਆਨੰਦ ਨੂੰ ਮਾਨਣਾ ਹੈ ਗੁਰੂ ਵਾਲਿਓ, ਅਤੇ ਬਹੁਤ ਕੁਝ ਇੱਥੋਂ ਲੈ ਕੇ ਜਾਣਾ। ਸਾਨੂੰ ਖਾਲਸਾ ਸ਼ਬਦ ਵਰਤਿਆ, ਖਾਲਸਾ ਆਜ਼ਾਦ ਹੈ, ਖਾਲਸਾ ਗੁਲਾਮੀ ਨਹੀਂ ਕਬੂਲ ਕਰਦਾ। ਖਾਲਸਾ ਉਹ ਜ਼ਮੀਨ ਹੈ ਜਿਹੜੀ ਸਿੱਧੀ ਬਾਦਸ਼ਾਹ ਦੇ ਅਧੀਨ ਹੈ, ਜਿਹਦੇ ਵਿੱਚ ਕੋਈ ਤਹਿਸੀਲਦਾਰ ਕੋਈ ਪਟਵਾਰੀ ਨਹੀਂ ਆਉਂਦਾ, ਸਿੱਧੀ ਬਾਦਸ਼ਾਹ ਦੇ ਅਧੀਨ ਹੁੰਦੀ ਹੈ। ਸਮਾਪਤੀ ਵੱਲ ਜਾ ਰਹੀ ਹਾਂ। ਬੜਾ ਪਿਆਰਾ ਇੱਕ ਛੰਦ, ਸਤਿ ਸ੍ਰੀ ਅਕਾਲ। ਖਾਲਸਾ ਹੋਵੇ ਖੁਦ ਖੁਦਾ, ਖਾਲਸਾ ਹੋਵੇ ਖੁਦ ਖੁਦਾ, ਜਿਵੇਂ ਖੂਬੀ ਵਿੱਚ ਖੁਦਾਏ। ਹਰੀ ਸਿੰਘ ਨਲਵੇ ਦਾ ਕੈਂਪ ਲੱਗਾ ਹੈ ਅਰਬ ਵਾਲੇ ਪਾਸੇ ਨੂੰ। ਇੱਕ ਬੀਬੀ ਆਉਂਦੀ ਹੈ, ਨਾਮ ਹੈ ਬਾਨੋ। ਉਹਦਾ ਪਿਓ ਕਹਿੰਦਾ ਵੀ ਬੇਟਾ ਤੂੰ ਨਾ ਜਾ, ਸਾਡੀ ਤਾਂ ਉਹਨਾਂ ਨਾਲ ਜੰਗ ਹੁੰਦੀ ਪਈ। ਉਹ ਕਹਿੰਦੀ ਨਹੀਂ, ਤੁਸੀਂ ਆਪੇ ਕਿਹਾ ਕਿ ਉਹ 6 ਮਹੀਨੇ ਦੀ ਬੱਚੀ ਨੂੰ ਵੀ ਮਾਈ ਕਹਿੰਦੇ ਨੇ ਅਤੇ 60 ਸਾਲ ਦੀ ਬੀਬੀ ਨੂੰ ਵੀ ਮਾਈ ਕਹਿੰਦੇ ਨੇ, ਉਹਨੂੰ ਮਾਤਾ ਸਮਾਨ ਮੰਨਦੇ ਨੇ। ਅਤੇ ਪਿਤਾ ਜੀ ਤੁਸੀਂ ਕਿਉਂ ਇੱਦਾਂ ਸੋਚਦੇ ਹੋ? ਤੁਸੀਂ ਆਪ ਉਹਨਾਂ ਦੇ ਕਰੈਕਟਰ ਦੀਆਂ ਉਦਾਹਰਨਾਂ ਦਿੰਦੇ ਹੋ। ਹਰੀ ਸਿੰਘ ਨਲਵੇ ਦਾ ਕੈਂਪ ਹੈ, ਸਿੱਖਾਂ ਨੂੰ ਪੁੱਛ ਕੇ ਉਹ ਬੀਬੀ ਹਰੀ ਸਿੰਘ ਨਲਵੇ ਦੇ ਤੰਬੂ ਦੇ ਵਿੱਚ ਪਹੁੰਚ ਗਈ। ਹਰੀ ਸਿੰਘ ਪੁੱਛਦੇ ਨੇ ਕਿ ਹਾਂਜੀ ਬੀਬੀ ਜੀ ਦੱਸੋ ਕੀ ਕੰਮ ਹੈ। ਗੱਲਾਂ ਬਾਤਾਂ ਚੱਲੀਆਂ, ਕਾਫੀ ਲੰਮੀ ਵਿਚਾਰ ਹੋਈ ਅਤੇ ਅਖੀਰ ਨੂੰ ਉਹ ਬੀਬੀ ਕਹਿੰਦੀ ਹੈ ਕਿ ਹਰੀ ਸਿੰਘ ਮੈਂ ਤੇਰੇ ਨਾਲ ਵਿਆਹ ਕਰਨਾ, ਮੈਂ ਤੇਰੇ ਨਾਲ ਵਿਆਹ ਕਰਨਾ, ਮੈਨੂੰ ਤੇਰੀ ਸ਼ਖਸੀਅਤ ਬੜੀ ਵਧੀਆ ਲੱਗੀ ਹੈ, ਮੈਂ ਤੇਰੇ ਨਾਲ ਲਾਵਾਂ, ਮੈਂ ਤੈਨੂੰ ਪਰਨਾਉਣਾ ਚਾਹੁੰਦੀ ਹਾਂ, ਤੇਰੇ ਨਾਲ ਵਿਆਹੁਣ ਆਪਣਾ ਤੈਨੂੰ ਵਿਆਹੁਣਾ ਚਾਹੁੰਦੀ ਹਾਂ, ਦੱਸ ਕਦੋਂ ਕਰੇਂਗਾ? ਹਰੀ ਸਿੰਘ ਨਲਵਾ ਥੋੜ੍ਹਾ ਗੁੱਸੇ ਵਿੱਚ ਆ ਗਏ। ਜੋਸ਼ ਭਾਜੀ ਮੈਨੂੰ ਬੋਲ ਲੈਣ ਦਿਓ ਭਾਈ ਸਾਹਿਬ, ਇੱਕ ਮਿੰਟ ਤੁਸੀਂ ਭਾਜੀ, ਮੈਂ ਗੱਲ ਕਰਦੀ ਪਈ ਹਾਂ, ਪਲੀਜ਼ ਪਲੀਜ਼ ਬੇਨਤੀ ਹੈ ਜੀ। ਜਦੋਂ ਉਹਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਨਾ, ਹਰੀ ਸਿੰਘ ਕਹਿੰਦੇ ਨੇ ਕਿ ਠੀਕ ਹੈ। ਜਦੋਂ ਨਹੀਂ ਮੰਨੇ ਤਾਂ ਉਹ ਬੀਬੀ ਜਾਣ ਲੱਗੀ, ਕਹਿੰਦੀ ਮੈਂ ਤਾਂ ਸੁਣਿਆ ਸੀ ਕਿ ਜੋ ਵੀ ਸਿੱਖਾਂ ਦੀ ਸ਼ਰਨ ਵਿੱਚ ਜਾਂਦਾ ਹੈ ਉਹ ਕਦੇ ਖਾਲੀ ਹੱਥ ਨਹੀਂ ਆਉਂਦਾ, ਪਰ ਯਾਦ ਰੱਖ ਮੈਂ ਤੇਰੇ ਸਿੱਖ ਦੇ ਡੇਰੇ 'ਚੋਂ ਖਾਲੀ ਹੱਥ ਨੂੰ ਜਾ ਰਹੀ ਹਾਂ। ਹਰੀ ਸਿੰਘ ਕਹਿੰਦਾ ਬੀਬੀ ਵਾਪਸ ਆ ਜਾ। ਸਿੱਖ ਨੂੰ ਆਵਾਜ਼ ਮਾਰਦਾ, ਕਹਿੰਦੇ ਇੱਕ ਕਲੀਨ ਲਿਆਓ, ਕੋਈ ਚਾਦਰ ਜਾਂ ਕਲੀਨ ਲਿਆਉਣ ਦੀ। ਉਹਨੂੰ ਕਹਿੰਦਾ ਇੱਥੇ ਬੈਠ ਜਾਓ। ਉਹ ਬੈਠ ਗਈ ਅਤੇ ਜਾ ਕੇ ਉਹਦੇ ਕੋਲ ਬੈਠ ਗਿਆ। ਉਹ ਕਹਿੰਦੀ ਹੈ ਕਿ ਮੈਂ, ਉਹਨੇ ਕਹੀ ਸੀ ਇਹ ਗੱਲ ਜੋ ਬਾਬਾ ਜੀ ਨੇ ਕਹੀ ਹੈ ਕਿ ਮੈਂ ਤੇਰੇ ਵਿੱਚੋਂ ਤੇਰੇ ਵਰਗਾ ਪੁੱਤ ਜੰਮਣਾ ਚਾਹੁੰਦੀ ਹਾਂ। ਉਹ ਬੀਬੀ ਨੇ ਇਹ ਗੱਲ ਕਹੀ ਸੀ ਕਿ ਉਹ ਕਹਿੰਦਾ ਤੂੰ ਮੇਰੇ ਨਾਲ ਵਿਆਹ ਕਿਉਂ ਕਰਨਾ? ਕਹਿੰਦੀ ਮੈਂ ਤੇਰੇ ਵਰਗਾ ਸੂਰਮਾ ਜੰਮਣਾ ਚਾਹੁੰਦੀ ਹਾਂ, ਇਸ ਕਰਕੇ ਮੈਂ ਤੇਰੇ ਨਾਲ ਵਿਆਹ ਕਰਨਾ ਹੈ। ਉਹਨੇ ਚਾਦਰ ਵਿਛਾ ਦਿੱਤੀ ਅਤੇ ਮਾਈ ਦੇ ਕੋਲ ਬੈਠ ਕੇ ਉਹਦੀ ਗੋਦੀ ਦੇ ਕੋਲ ਆ ਕੇ ਕਹਿੰਦਾ ਅੱਜ ਤਾਂ ਤੂੰ ਮੇਰੀ ਮਾਂ ਹੈ ਅਤੇ ਮੈਂ ਤੇਰਾ ਪੁੱਤ ਹਾਂ। ਖਾਲਸਾ ਹੋਵੇ ਖੁਦ ਖੁਦਾ, ਜਿਵੇਂ ਖੂਬੀ ਖੂਬ ਖੁਦਾਏ, ਆਨ ਨਾ ਮੰਗੇ ਮਾਨੇ ਕਿਸੇ ਕੀ, ਬਿਨ ਇੱਕ ਸੱਚੇ ਪਾਤਸ਼ਾਹ। ਇਹ ਸਾਡਾ ਕਰੈਕਟਰ ਹੈ, ਇਹ ਕਰੈਕਟਰ ਦੀ ਦੇਣ ਸਾਡੇ ਵੱਡਿਆਂ ਦੀ ਹੈ, ਸਾਡੇ ਵਡੇਰਿਆਂ ਦੀ ਹੈ, ਜਿਨ੍ਹਾਂ ਨੇ ਉਹ ਕੁਝ ਸਾਡੇ ਲਈ ਰਚਿਆ ਕਿ ਅਸੀਂ ਅੱਜ ਤੱਕ ਉਹਨਾਂ ਨੂੰ ਵਰਤਦੇ ਆਉਂਦੇ ਹਾਂ। ਪਰ ਗੁਰੂ ਪਿਆਲਿਓ ਅਸੀਂ ਉਹਨਾਂ ਦਾ ਵਰਤਿਆ ਖਾਂਦੇ ਹਾਂ, ਜਿਹੜੀਆਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਜੋਗਾ ਅਸੀਂ ਕੀ ਛੱਡ ਕੇ ਜਾਣਾ? ਥੋੜ੍ਹਾ ਇਸ ਵੱਲ ਜਿਹੜਾ ਤਵੱਜੋ ਦੇਣਾ, ਧਿਆਨ ਦੇਣਾ ਕਿ ਅਸੀਂ ਆਪਣੇ ਦਾਦੇ ਦਾ, ਆਪਣੇ ਪਿਓ ਦਾ, ਆਪਣੀ ਦਾਦੀ ਦਾ, ਆਪਣੀ ਮਾਂ ਦਾ, ਆਪਣੀ ਨਾਨੀ ਦੀ ਕੀਤੀ ਹੋਈ ਕਮਾਈ ਨੂੰ ਅੱਜ ਕਿਹਨਾਂ ਦਾ ਇਤਿਹਾਸ ਬੋਲਿਆ? ਮੈਂ ਆਪਣੇ ਵੱਡਿਆਂ ਦਾ ਬੋਲਿਆ ਨਾ, ਅਤੇ ਕੱਲ੍ਹ ਨੂੰ ਐਸੇ ਸਟੇਜ 'ਤੇ ਆ ਕੇ ਸਾਡਾ ਵੀ ਇਤਿਹਾਸ ਬੋਲਣਾ ਹੈ। ਕਿਹੋ ਜਿਹਾ ਰਚ ਕੇ ਜਾ ਰਹੇ ਹਾਂ, ਕੀ ਕਰਕੇ ਜਾ ਰਹੇ ਹਾਂ? ਤਵਾਰੀਖ ਚੱਲਦੀ ਜਾ ਰਹੀ ਹੈ, ਤਵਾਰੀਖ ਕਿਸੇ ਨੂੰ ਮਾਫ਼ ਨਹੀਂ ਕਰਦੀ, ਸਭ ਕੁਝ ਲਿਖਦੀ ਜਾ ਰਹੀ ਹੈ। ਜਿਹੜੇ 100 ਸਾਲ ਪਹਿਲਾਂ ਕੌਮ ਦੇ ਗਦਾਰ ਸਨ ਉਹਨਾਂ ਨੂੰ ਸ਼ਹੀਦ ਕਹਿ ਕੇ ਲੋਕ ਪੂਜਦੇ ਨੇ, ਉਹਨਾਂ ਦੇ ਨਾਂ ਦੇ ਉੱਤੇ ਮੇਲੇ ਲੱਗਦੇ ਨੇ। ਗੁਰੂ ਪਿਆਰਿਓ ਕੱਲ੍ਹ ਨੂੰ ਬਾਜਾਂ ਵਾਲੇ ਨੇ ਸਾਨੂੰ ਆਪਣਾ ਬਣਾਉਣ ਆਉਣਾ ਹੈ। ਇੱਕ ਜਹਾਜ਼ ਬਣਿਆ ਹੈ, ਇਸ ਬੇੜੇ ਨੂੰ ਪਾਰ ਲੰਘਣਾ ਹੈ। ਵੇਖੋ ਕਿਹੜਾ ਉਸ ਬੇੜੇ ਵਿੱਚ ਸਵਾਰ ਹੁੰਦਾ ਹੈ,
ਤੇ ਕਿਹੜਾ ਬੇੜੇ ਤੋਂ ਰਹਿੰਦਾ ਹੈ। ਸਾਡੇ ਗੁਰਾਂ ਨੇ ਜਹਾਜ਼ ਬਣਾਇਆ, ਆ ਜਾਓ ਜਿੰਨੇ ਪਾਰ ਲੰਘਣਾ, ਸਾਡੇ ਗੁਰਾਂ ਨੇ ਜਹਾਜ਼ ਬਣਾਇਆ। ਬਸ ਆਖਰੀ ਜਿਹੜੀ ਇੱਕ ਲਾਈਨ ਹੈ ਮੇਰੇ ਨਾਲ ਸਾਥ ਦੇਣਾ, ਉਸ ਤੋਂ ਬਾਅਦ ਸਮਾਪਤੀ ਹੈ। ਖੰਡੇ ਦਾ ਅੰਮ੍ਰਿਤ ਪੀ ਲੈ, ਬਾਟੇ ਦਾ ਅੰਮ੍ਰਿਤ ਪੀ ਲੈ, ਜੇ ਮਿਲਣਾ ਬਾਜਾਂ ਵਾਲੇ ਨੂੰ, ਜੇ ਮਿਲਣਾ ਬਾਜਾਂ ਵਾਲੇ ਨੂੰ। ਖੰਡੇ ਦਾ ਬਾਜਾਂ ਵਾਲੇ ਨੂੰ, ਬਾਟੇ ਦਾ ਅੰਮ੍ਰਿਤ ਪੀ ਲੈ, ਖੰਡੇ ਦਾ ਅੰਮ੍ਰਿਤ ਪੀ ਲੈ, ਬਾਣੀ ਦਾ ਅੰਮ੍ਰਿਤ ਪੀ ਲੈ, ਜੇ ਮਿਲਣਾ ਹੈ ਬਾਜਾਂ ਵਾਲੇ ਨੂੰ, ਜੇ ਮਿਲਣਾ ਕਲਗੀਆਂ ਵਾਲੇ ਨੂੰ, ਜੇ ਮਿਲਣਾ ਹੈ ਕਲਗੀਆਂ ਵਾਲੇ ਨੂੰ। ਵਾਲਿਓ ਮਾਨਸ ਜਨਮ ਦੁਲੰਬ ਹੈ, ਹੋਤ ਨਾ ਬਾਰੰਗਵਾਰ, ਜੂ ਬਨ ਫਲ ਪਾ ਕੇ ਭੋਏ ਗਿਰੇ, ਬਹੁਰ ਨਾ ਲਾਗੇ ਡਾਰ, ਇਹ ਜਨਮ ਅਮੁੱਲਾ ਹੈ। ਦੁਬਾਰਾ ਫਿਰ ਲੱਖਾਂ ਸਾਲ ਪੱਥਰਾਂ 'ਚੋਂ, ਕੀੜਿਆਂ ਪਤੰਗਿਆਂ 'ਚੋਂ ਲੰਘਣਾ ਪੈਣਾ ਹੈ। ਅਵਸਰ ਮਿਲਿਆ, ਬੱਚੇ ਕਹਿੰਦੇ ਨੇ ਅਸੀਂ ਅੰਮ੍ਰਿਤ ਛਕਣਾ ਹੈ, ਮਾਪੇ ਕਹਿੰਦੇ ਨੇ ਨਹੀਂ ਨਹੀਂ ਅਜੇ ਨਹੀਂ ਛਕਣਾ, ਤੁਹਾਡੀ ਉਮਰ ਨਹੀਂ ਹੈ, 12-14 ਸਾਲ ਦੇ ਬੱਚੇ ਨੇ। ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ ਦੀ ਉਮਰ ਕਿੰਨੀ ਸੀ? ਹਾਂਜੀ, 50 ਸਾਲ, 60 ਸਾਲ, 70 ਸਾਲ? ਦੱਸੋ ਸੰਗਤ ਜੀ ਉਮਰ ਕਿੰਨੀ ਸੀ? 5 ਤੇ 7 ਸਾਲ ਦੇ ਦੋਵੇਂ ਬੱਚੇ ਸਨ, ਦੋਵੇਂ ਬਾਬੇ ਸਨ। ਮਾਫ ਕਰਨਾ, ਬੱਚੇ ਸ਼ਬਦ ਨਿਕਲ ਗਿਆ। 5 ਤੇ 7 ਸਾਲ ਦੇ ਦੋ ਬਾਬੇ ਸਨ, ਉਹ ਵੱਡੇ ਕੰਮ ਕਰ ਗਏ ਨੇ, ਅਸੀਂ ਉਹਨਾਂ ਨੂੰ ਬਾਬੇ ਕਹਿੰਦੇ ਹਾਂ। 5 ਤੇ 7 ਸਾਲ ਦੀ ਉਮਰ ਵਿੱਚ ਜਦੋਂ ਦੋਵੇਂ ਨੀਹਾਂ 'ਚ ਚਿਣੇ ਗਏ ਨੇ, ਉਹ ਅੰਮ੍ਰਿਤਧਾਰੀ ਸਨ? ਉਹ ਅੰਮ੍ਰਿਤਧਾਰੀ ਸਨ ਕਿ ਨਹੀਂ? ਹੋਰ ਕੋਈ ਐਗਜ਼ਾਮਪਲ ਚਾਹੀਦੀ ਹੈ? ਹਮ ਆਦਮੀ ਹਾਂ ਇੱਕਦਮੀ, ਇੱਕਦਮ ਦੇ ਆ, ਅਗਲੀ ਵਾਰ ਛੱਕ ਲਾਂਗੇ, ਇੱਥੇ ਕਿਹੜਾ ਕੁੰਭ ਦਾ ਮੇਲਾ ਦੁਬਾਰਾ ਨਹੀਂ ਆਉਣਾ। ਉਹ ਇੱਕਦਮ ਹੈ ਸਾਡੇ ਕੋਲ, ਅਗਲੇ ਸਾਹ ਦਾ ਨਹੀਂ ਪਤਾ ਆਉਣਾ ਕਿ ਨਹੀਂ ਆਉਣਾ। ਅਗਲੇ ਸਾਹ ਛੱਕ ਲਾਂਗੇ, ਫਿਰ ਸਹੀ ਉੱਥੇ ਛੱਕ ਲਾਂਗੇ। ਜੇ ਬੱਚੇ ਛੱਕਦੇ ਨੇ, ਆਪ ਤਾਂ ਨਗੁਰਿਆਂ ਨੇ ਸਾਰੀ ਉਮਰ ਨੰਘਾਈ ਹੈ, ਉਹਨਾਂ ਨੂੰ ਕਿਉਂ ਉਹਨਾਂ ਨੂੰ ਕਿਉਂ ਰੋਕਦੇ ਹੋ? ਉਹਨਾਂ ਨੂੰ ਕਿਉਂ ਨਹੀਂ ਗੁਰੂ ਦੀ ਗੋਦੀ ਵਿੱਚ ਬਹਿਣ ਦਿੰਦੇ? ਹੋ ਸਕਦਾ ਉਹ ਜਦੋਂ ਬੈਠਣਗੇ ਤੇ ਉਹ ਗੁਰੂ ਦੀ ਨਿੱਘ ਜਦੋਂ ਤੁਹਾਨੂੰ ਮਾਨਣ ਦਾ ਮੌਕਾ ਮਿਲੇਗਾ ਬੱਚਿਆਂ ਦੇ ਕੋਲੋਂ, ਤੇ ਬੱਚੇ ਜਿਹੜੇ ਨੇ ਉਹ ਅੱਜ ਸਾਨੂੰ ਸਿੱਖਿਆ ਦੇ ਰਹੇ ਨੇ, ਉਹ ਸਾਨੂੰ ਸਮਝਾਉਂਦੇ ਨੇ। ਜੇਕਰ ਕਿਸੇ ਦਾ ਮਨ ਬਣਦਾ ਹੈ ਗੁਰੂ ਪਿਆਰਿਓ, ਉਹਨੂੰ ਰੋਕੋ ਨਾ, ਕਿਉਂਕਿ ਕਲਗੀਆਂ ਵਾਲੇ ਨੇ ਸੁਨੇਹਾ ਭੇਜਿਆ ਕਿ ਮੈਂ ਆਉਣਾ, ਆਪ ਆਉਣਾ ਹੈ। ਅਤੇ ਕੱਲ੍ਹ ਨੂੰ ਜਿਹੜੇ 5 ਪਿਆਰੇ ਨੇ, ਉਹਨਾਂ ਦੇ ਵਿੱਚ ਦਸਮ ਪਿਤਾ ਦੇ ਦਰਸ਼ਨ ਸਾਨੂੰ ਆਪ ਹੋਣੇ ਨੇ, ਪਰ ਅੱਖਾਂ ਜਿਹੜੀਆਂ ਨੇ ਉਹ ਆਪ ਬੰਦ ਕਰਕੇ ਇੱਥੇ ਵਾਲੀਆਂ ਖੋਲ੍ਹ ਲਓ, ਫਿਰ ਹੋਣਗੇ। ਇਹ ਜਿੰਨੀ ਪ੍ਰਕਿਰਤੀ ਹੈ, ਜਿੰਨੀ ਹਵਾ ਹੈ, ਜੋ ਕੁਝ ਸਾਨੂੰ ਦਿਸਦਾ ਪਿਆ, ਇਹਦਾ ਨਜ਼ਾਰਾ ਵੇਖੋ ਕਿ ਇਹਦੇ ਵਿੱਚ ਪਾਤਸ਼ਾਹ ਸਾਨੂੰ ਕੀ ਕੁਝ ਦਿਖਾਉਂਦੇ ਪਏ ਨੇ। ਅਸੀਂ ਹੰਡਾਉਂਦੇ ਪਏ ਹਾਂ, ਹੰਡਾਉਂਦੇ ਪਏ ਹਾਂ ਆਪਣੇ ਤਨ ਦੇ ਉੱਤੇ, ਉਹਦਾ ਅਸਰ ਸਾਡੇ ਮਨ 'ਤੇ ਹੁੰਦਾ ਪਿਆ ਹੈ। ਜੇ ਅਜੇ ਵੀ ਅਸੀਂ ਨਹੀਂ ਸਮਝੇ, ਸਤਿਗੁਰੂ ਬਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਬੁਰਾ, ਜਹਾਜ਼ 'ਤੇ ਸਵਾਰ ਹੋ ਕੇ ਇਸ ਬੇੜੇ ਨੂੰ, ਇਸ ਜਿਹੜਾ ਸਾਡਾ ਭਵ ਸਾਗਰ ਰੂਪੀ ਸਮੁੰਦਰ ਹੈ, ਉਹਨੂੰ ਪਾਰ ਲੰਘ ਜਾਈਏ। ਮੇਰੇ ਕੋਲੋਂ ਜਾਣੇ ਅਣਜਾਣੇ ਦੇ ਵਿੱਚ ਕੁਝ ਗਲਤ ਬੋਲਿਆ ਹੋ ਗਿਆ ਹੋਵੇ, ਕਿਸੇ ਦੇ ਮਨ ਨੂੰ ਬੁਰਾ ਲੱਗਾ ਹੋਵੇ, ਤਾਂ ਗੁਰੂ ਦੀ ਸੰਗਤ 21 ਬਿਸਵੇ ਹੈ, ਗੁਰੂ ਤੋਂ ਵੀ ਉੱਪਰ ਹੈ। ਐਗਜ਼ਾਮਪਲਾਂ ਤੁਹਾਨੂੰ ਦੇ ਦਿੱਤੀਆਂ, ਇੱਥੇ ਹੈ। ਸਾਧ ਸੰਗਤ ਜੀ, ਬਖਸ਼ ਲੈਣਾ, ਬਖਸ਼ ਲੈਣਾ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।